ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕੋ ਨਾਮ ਦੇਵੋ। ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰ ਤਾਰੋ ਪੂਜਾ ਗਹਿ ਅੰਧ ਕੂਪ ਤੇ ਕਾੜ ਲੇਵੋ। ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ ਅਨਕ ਦੁਖਾ ਤਨ ਸ਼ਾਦ ਪੂਰੇ ਪ੍ਰਭ ਬਿਨਾ ਆਨ ਨਾ ਰਾਖਣ ਹਾਰਾ ਨਾਮ ਸਿਮਰਾਵਹੁ ਸਰਨ ਸੂਰੇ। ਪਤਤ ਉਧਾਰਣਾ ਜੀ ਜੰਤ ਤਾਰਣਾ ਵੇਦ ਉਚਾਰ ਨਹੀਂ ਅੰਤ ਪਾਇਓ। ਗੁਣ ਹੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਤਸਲ ਨਾਨਕ ਗਾਇਓ। ਪਤਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚਵਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸਵਾਇਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤ ਰਸਨਾ ਕਰੋ, ਪਵਿੱਤਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਹਰੀ ਜਸ ਗੁਰੂ ਜਸ ਗੁਰ ਇਤਿਹਾਸ ਸ਼੍ਰਵਣ ਕਰ ਰਹੇ ਸੀ। ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਪਵਿੱਤਰ ਬਾਣੀ ਅੰਦਰ ਸਭ ਤੋਂ ਵੱਡਾ ਮਾਣ ਸਤਿਕਾਰ ਸਾਧ ਸੰਗਤ ਨੂੰ ਬਖਸ਼ਿਸ਼ ਕਰਦੇ ਹਨ। ਸੰਗਤ ਐਸੀ ਸਤਿਗੁਰੂ ਜੀ ਦੀ ਹੈ ਕਿ ਜਿੱਥੇ ਵੱਡੇ ਵੱਡੇ ਪਾਪੀ ਪੁੰਨੀ ਬਣ ਜਾਂਦੇ ਨੇ, ਬਦੀ ਕਰਨ ਵਾਲੇ ਨੇਕੀ ਦੇ ਰਾਹ ਉੱਪਰ ਤੁਰਦੇ ਨੇ,
ਕਾਇਰ ਸੂਰਮੇ ਹੁੰਦੇ ਨੇ, ਕੰਗਾਲ ਜਿਹੜੇ ਹਨ ਉਹ ਧਨੀ ਬਣਦੇ ਹਨ। ਦੂਸਰੇ ਬੰਨੇ ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ ਵੀ ਸੂਰਮਿਆਂ ਦੇ ਕਾਇਰ ਜੰਮ ਪੈਂਦੇ ਨੇ, ਧਨੀਆਂ ਦੇ ਕੰਗਾਲ ਹੋ ਜਾਂਦੇ ਨੇ ਔਰ ਨੇਕਾਂ ਦੇ ਅੱਗੇ ਬਾਧ ਹੋ ਜਾਂਦੇ ਹਨ। ਜ਼ਿੰਦਗੀ ਦੇ ਵਿੱਚ ਜਿੰਨਾ ਵੀ ਫੇਰ ਬਦਲ ਹੁੰਦਾ ਹੈ ਇਹ ਸਭ ਸੰਗਤ ਉੱਪਰ ਖਲੋਤਾ ਹੈ। ਮਨੁੱਖ ਦਾ ਜੀਵਨ ਜਿਹੜਾ ਹੈ ਇਹ ਪਾਣੀ ਦੀ ਤਰ੍ਹਾਂ ਹੈ, ਜਿਹੋ ਜਿਹਾ ਰੰਗ ਪਾਈਏ ਉਹੋ ਜਿਹਾ ਹੀ ਪਾਣੀ ਦਾ ਰੰਗ ਬਣ ਜਾਂਦਾ ਹੈ। ਸਤਿਗੁਰੂ ਜੀ ਨੇ ਸੰਗਤ ਦੀ ਮਹਾਨਤਾ ਬਾਰੇ ਬਚਨ ਕੀਤੇ ਨੇ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਸੰਗਤ ਦਾ ਅਸਰ ਕਿੰਨਾ ਕੁ ਜ਼ਿਆਦਾ ਕਰਦਾ ਹੈ, ਆਮ ਤੁਸੀਂ ਦੁਨਿਆਵੀ ਮਨੁੱਖਾਂ ਦੀ ਗੱਲ ਛੱਡੋ, ਸੰਗਤ ਦਾ ਅਸਰ ਬਾਣੀ ਮੁਤਾਬਕ ਦਰਖਤਾਂ ਤੇ ਵੀ ਪੈਂਦਾ ਹੈ, ਪਸ਼ੂਆਂ ਤੇ ਵੀ ਪੈਂਦਾ ਹੈ, ਪੰਛੀਆਂ ਤੇ ਵੀ ਪੈਂਦਾ ਹੈ, ਤੇ ਜੜ ਜਿਹੜੀ ਮਿੱਟੀ ਹੈ ਮਿੱਟੀ ਉੱਪਰ ਵੀ ਸੰਗਤ ਦਾ ਅਸਰ ਪੈਂਦਾ ਹੈ। ਆਪਾਂ ਰੋਜ਼ ਰਾਤ ਨੂੰ ਪੜ੍ਹਦੇ ਵੀ ਹਾਂ, ਸੁਖਾਸਣ ਕਰਨ ਲੱਗੇ ਹਾਂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਹੈ ਤੇ ਮਿੱਟੀ ਹੈ ਪਰ ਫਰਕ ਸਿਰਫ ਇੰਨਾ ਹੈ ਕਿ ਉੱਥੇ ਮੇਰੇ ਸਤਿਗੁਰੂ ਦੇ ਚਰਨ ਪਏ ਨੇ, ਹੈ ਮਿੱਟੀ ਹੈ। ਸੰਗਤ ਦਾ ਅਸਰ ਤੇ ਮਿੱਟੀ ਵੀ ਕਬੂਲਦੀ ਹੈ, ਬੰਦੇ ਦੀ ਗੱਲ ਛੱਡੋ। ਕਿਸੇ ਦਾ ਵੀ ਜੀਵਨ ਬਦਲਣਾ ਹੋਵੇ ਉਹਦੀ ਸੰਗਤ ਬਦਲਣੀ ਚਾਹੀਦੀ ਹੈ, ਇਸ ਗੱਲ ਉੱਤੇ ਜ਼ੋਰ ਦੇਣਾ ਚਾਹੀਦਾ ਹੈ, ਨਾ ਕਿ ਉਹਨੂੰ ਰੋਜ਼ ਟੋਕਿਆਂ ਸਮਝਾਇਆ ਉਹ ਆਪਣੀ ਜ਼ਿੰਦਗੀ ਬਦਲੂਗਾ, ਸੁਭਾਅ ਬਦਲੂਗਾ, ਸਗੋਂ ਕਿਸੇ ਦਿਨ ਖਿੱਝ ਕੇ ਤੁਹਾਡੇ ਤੋਂ ਭਗੌੜਾ ਜ਼ਰੂਰ ਹੋ ਜੂ, ਆਕੀ ਜ਼ਰੂਰ ਹੋ ਜੂਗਾ, ਮਨ ਮਤ ਜ਼ਰੂਰ ਕਰੂ। ਦੁਨੀਆ ਜਿੰਨੀ ਵੀ ਹੈ ਇਹ ਜ਼ੋਰ ਲਾਉਂਦੀ ਹੈ ਵੀ ਬੰਦਾ ਬਦਲ ਜੇ, ਜ਼ੋਰ ਇਸ ਗੱਲ ਉੱਤੇ ਦੇਣਾ ਚਾਹੀਦਾ ਹੈ ਕਿ ਸੰਗਤ ਬਦਲ ਜੇ। ਸੰਗਤ ਬਦਲ ਗਈ ਤੇ ਜੀਵਨ ਬਦਲ ਗਿਆ, ਮਨੁੱਖ ਉਹੀ ਰਹਿੰਦਾ ਹੈ ਜਿਹੜਾ ਪਹਿਲਾਂ ਕੁਸੰਗੀ ਸੀ, ਆਚਾਰ ਵਿਚਾਰ ਉੱਠਣਾ ਬਹਿਣਾ ਖਾਣਾ ਪੀਣਾ ਬਹੁਤ ਮਾੜਾ ਸੀ, ਪਰ ਜਦੋਂ ਸੰਗਤ ਬਦਲੀ ਸਭ ਕੁਝ ਹੀ ਬਦਲ ਗਿਆ।
ਸੰਗਤ ਦਾ ਅਸਰ ਤੇ ਮਿੱਟੀ ਵੀ ਕਬੂਲਦੀ ਹੈ ਤੇ ਉਹ ਮਿੱਟੀ ਵੀ ਪੂਜੀ ਜਾਂਦੀ ਹੈ ਜਿੱਥੇ ਗੁਰੂ ਆਪਣੇ ਚਰਨ ਰੱਖਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵੇ। ਮੈਂ ਬੜਾ ਹੈਰਾਨ ਹੁੰਦਾ ਕਈ ਵਾਰੀ ਵੀ ਜਦੋਂ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਣ ਕਰ ਦਿੰਦੇ ਆ ਉਹਦੇ ਬਾਅਦ ਵੀ ਮਹਾਰਾਜ ਭਾਵੇਂ ਆਪਣੇ ਸੱਚਖੰਡ ਚ ਹੋਣ ਸੁਖਾਸਣ ਚ ਹੋਣ ਜੇ ਸਿੱਖ ਆਉਂਦਾ ਹੈ ਤੇ ਉਹ ਜਿੱਥੇ ਮਹਾਰਾਜ ਦਾ ਸਿੰਘਾਸਣ ਆ ਪ੍ਰਕਾਸ਼ ਹੁੰਦਾ ਉਧਰ ਨੂੰ ਸਿਰ ਚੁਕਾਉਂਦਾ। ਕੀ ਇਹ ਠੀਕ ਹੈ ਕਿ ਗਲਤ ਹੈ? ਕਿਉਂ ਗੁਰੂ ਤਾਂ ਉੱਥੇ ਹੈ ਨਹੀਂ ਹੁਣ, ਗੁਰੂ ਸਾਹਿਬ ਤੇ ਸੁਖਾਸਣ ਵਾਲੀ ਜਗ੍ਹਾ ਤੇ। ਇਹਦਾ ਜਵਾਬ ਇਹ ਸ਼ਬਦ ਹੀ ਦਿੰਦਾ ਹੈ ਵੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾ। ਲੋਕ ਇਸ ਮਰਿਆਦਾ ਨੂੰ ਉਲਟਣਾ ਬਣਾ ਲੈਣ, ਇਸ ਕਰਕੇ ਗੁਰੂ ਸਾਹਿਬ ਦੀ ਹਜ਼ੂਰੀ ਚ ਸ਼ਸਤਰ ਪ੍ਰਕਾਸ਼ ਕੀਤੇ ਜਾਂਦੇ। ਕਿਉਂ ਜੇ ਗੁਰੂ ਸਾਹਿਬ ਨਾ ਵੀ ਹੋਣ ਤੇ ਸਿੱਖ ਸ਼ਸਤਰ ਨੂੰ ਨਮਸਕਾਰ ਕਰ ਸਕਦਾ, ਸਿਰ ਝੁਕਾ ਸਕਦਾ? ਕਿਉਂ ਲੋਕ ਨਿਰੀ ਸਿਰ ਝੁਕਾਉਣ ਦੀ ਪਰੰਪਰਾ ਨੂੰ ਮੜੀਆਂ ਵੱਲ ਵੀ ਲੈ ਜਾਂਦੇ ਆ, ਕਬਰਾਂ ਵੱਲ ਵੀ ਕਈ ਵਾਰੀ ਲੈ ਜਾਂਦੇ ਆ, ਇਸ ਕਰਕੇ ਸ਼ਸਤਰ ਪ੍ਰਕਾਸ਼ ਕੀਤੇ ਜਾਂਦੇ ਜਾਂ ਕੋਈ ਪੋਥੀ ਰੱਖੀ ਜਾਂਦੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਰਾਤ ਨੂੰ ਸੁਖਾਸਣ ਹੋ ਜਾਂਦਾ ਹੈ, ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਜਿਹੜੀ ਜਗ੍ਹਾ ਗੁਰੂ ਰਾਮਦਾਸ ਸਾਹਿਬ ਦੀ ਮੰਨੀ ਜਾਂਦੀ ਹੈ, ਉੱਥੇ ਕੋਈ ਪੈਰ ਨਹੀਂ ਧਰਦਾ। ਭਾਵੇਂ ਇਸ਼ਨਾਨ ਵੀ ਕਰਾਉਣ, ਉੱਥੇ ਤੌਲੀਆ ਪਾ ਦਿੱਤਾ ਜਾਂਦਾ ਹੈ। ਫਿਰ ਬੇਨਤੀ ਕਰਾਂ ਵੀ ਸੰਗਤ ਦਾ ਅਸਰ ਮਿੱਟੀ ਵੀ ਕਬੂਲਦੀ, ਜਗ੍ਹਾ ਵੀ ਕਬੂਲਦੀ, ਥਾਂ ਵੀ ਕਬੂਲਦਾ ਹੈ। ਸੰਗਤ ਦਾ ਅਸਰ ਕੱਪੜੇ ਵੀ ਕਬੂਲਦੇ ਨੇ, ਵਸਤੂਆਂ ਵੀ ਕਬੂਲਦੀਆਂ ਨੇ, ਜੋੜੇ ਵੀ ਕਬੂਲਦੇ ਨੇ ਤੇ ਜਗ੍ਹਾ ਵੀ ਕਬੂਲਦੀਆਂ। ਈਰਾਨ ਦੇ ਇੱਕ ਬੜੇ ਪ੍ਰਸਿੱਧ ਮਹਾਂਪੁਰਖ ਹੋਏ ਸੂਫੀ ਸੰਤ, ਜਿਨ੍ਹਾਂ ਦਾ ਨਾਮ ਆਉਂਦਾ ਸ਼ੇਖ ਸਾਦੀ ਸਾਹਿਬ। ਉਹ ਕਹਿੰਦੇ ਵੀ ਮੈਂ ਸਵੇਰੇ ਇਸ਼ਨਾਨ ਕਰਨ ਲੱਗਾ, ਪਹਿਲਾਂ ਹੱਥ ਮੂੰਹ ਧੋਣ ਵਾਸਤੇ ਆਪਣੇ ਮਹਿਬੂਬ ਪਾਸੋਂ ਮਿੱਟੀ ਮੰਗੀ, ਗਿਲੇ ਖੁਸ਼ਬੂ ਦਰ ਹਮਾਮ ਰੋਜ਼ੇ ਰਜ਼ੀਦ ਅਸ ਦਸਤੇ ਮਹਿਬੂਬੇ ਬਦਸਤਮ। ਗਿਲੇ ਕਹਿੰਦੇ ਮਿੱਟੀ ਨੂੰ,
ਜਦੋਂ ਮਿੱਟੀ ਨੂੰ ਮੈਂ ਹੱਥਾਂ ਤੇ ਮਲਿਆ, ਮਿੱਟੀ ਤੋਂ ਮੈਨੂੰ ਇੱਕ ਗੱਲ ਚੇਤੇ ਆ ਗਈ। ਸਾਨੂੰ ਟਕਸਾਲ ਵਾਲਿਆਂ ਨੂੰ ਕਈ ਇਸੇ ਗੱਲੋਂ ਨਿੰਦੀ ਜਾਂਦੇ ਵੀ ਮਿੱਟੀ ਵਰਤਦੇ, ਰੇਤਾ ਵਰਤਦੇ। ਜਿਹੜੇ ਸਰਬਲੋਹੇ ਦੇ ਸ਼ਸਤਰ ਨੇ, ਸ੍ਰੀ ਸਾਹਿਬ ਕੜਾ ਹੈ, ਉਹ ਰੇਤਾ ਹੀ ਲਿਸ਼ਕਾਉਂਦੀ ਹੈ। ਮੈਂ ਕਈ ਵਾਰੀ ਹੱਸਦਾ ਹੁੰਦਾ ਵਾ ਵੀ ਸਾਡੀ ਮਿੱਟੀ ਤੋਂ ਬੜੀ ਨਫ਼ਰਤ ਆ ਕਈ ਭਾਈਆਂ ਨੂੰ, ਕਈ ਮਾਈਆਂ ਨੂੰ, ਤੇ ਆਪ ਬਾਬੇ ਰਾਮਦੇਵ ਦੀ ਮਿੱਟੀ ਦਾ ਸਾਬਣ ਲੈਂਦੀਆਂ ਫਿਰਨਗੀਆਂ ਵੀ ਰੰਗ ਬੜਾ ਗੋਰਾ ਨਿਕਲਦਾ। ਚੀਕਨੀ ਮਿੱਟੀ ਜਿਹਨੂੰ ਕਹਿ ਦਿੰਦੇ, ਬੀਬੀਆਂ ਸਪੈਸ਼ਲ ਮੰਗਾ ਕੇ ਮੂੰਹ ਤੇ ਲਵਾਉਂਦੀਆਂ। ਵੇਖ ਲਓ, ਮਿੱਟੀ ਨੂੰ ਮਿੱਟੀ ਦਰੁਸਤ ਕਰਦੀ ਹੈ। ਸਰੀਰ ਮਿੱਟੀ ਆ, ਇਹਦਾ ਇਲਾਜ ਵੀ ਮਿੱਟੀ ਕਰਦੀ ਪਈ। ਚਲੋ ਮੈਂ ਇਸ ਪਾਸੇ ਨਾ ਜਾਵਾਂ। ਗਿਲੇ ਖੁਸ਼ਬੂ ਦਰ ਹਮਾਮ ਰੋਜ਼ੇ ਰਸੀ ਦਸ ਦਸਤੇ ਮਹਿਬੂਬੇ ਬਦਸਤਮ। ਮਹਿਬੂਬ ਨੂੰ ਆਖਿਆ ਵੀ ਮੈਨੂੰ ਮਿੱਟੀ ਦੇ, ਮੈਂ ਹੱਥ ਧੋਲਾਂ। ਪਰ ਜਦੋਂ ਹੱਥਾਂ ਤੇ ਮੈਂ ਉਹ ਮਿੱਟੀ ਮਲੀ, ਉਹਦੇ ਵਿੱਚੋਂ ਮੈਨੂੰ ਖੁਸ਼ਬੂ ਆਈ। ਮੈਂ ਉਹਨੂੰ ਪੁੱਛ ਬੈਠਾ ਕਿ ਗੁੰਮ ਸੁੰਮ ਜਿਹਾ ਸਮਾਂ ਹੈ ਸਵੇਰ ਦਾ, ਤੂੰ ਭੁਲੇਖੇ ਨਾਲ ਮਿੱਟੀ ਦੀ ਜਗ੍ਹਾ ਮੈਨੂੰ ਕੋਈ ਸੁਗੰਧੀ ਵਾਲੀ ਵਸਤੂ ਦੇਤੀ ਆ, ਕੋਈ ਮੁਸ਼ਕ ਜਿਹਨੂੰ ਆਪਾਂ ਸੈਂਟ ਕਹਿ ਦਿੰਦੇ, ਅਤਰ ਕਹਿ ਦਿੰਦੇ, ਜਾਂ ਕੋਈ ਅੰਬੀਰ ਦੇਤਾ ਹੈ ਕਿ ਬਾਉ ਗੁਫਤਾ ਕੇ ਮੁਸ਼ਕੀ ਜਾਂ ਅੰਬੀਰੀ ਕਿ ਅਸ ਖੁਸ਼ਬੂ ਦਿਲ ਵਜੇ ਤੋਂ ਮਸਤ। ਇਹ ਕੋਈ ਮੁਸ਼ਕ ਆ, ਕੋਈ ਸੁਗੰਧੀ ਆ, ਅੰਬੀਰ ਆ, ਇਹੋ ਜੀ ਖੁਸ਼ਬੂ ਮਿੱਟੀ ਚੋਂ ਨਹੀਂ ਆ ਸਕਦੀ ਜਿਹੜੀ ਮੇਰੇ ਦਿਲ ਨੂੰ ਮਸਤ ਕਰਦੀ ਪਈ। ਅੱਗਿਓਂ ਮਿੱਟੀ ਬੋਲੀ ਕਿ ਮੈਂ ਤਾਂ ਨਾਚੀਜ਼ ਜਿਹੀ ਮਿੱਟੀ ਆ। ਮਹਿਬੂਬ ਨੇ ਆਖਿਆ ਨਹੀਂ ਇਹ ਮਿੱਟੀ ਆ, ਕੋਈ ਅਤਰ ਨਹੀਂ ਆ, ਕੋਈ ਸੈਂਟ ਨਹੀਂ ਆ, ਕੋਈ ਖੁਸ਼ਬੂਦਾਰ ਕੁਝ ਨਹੀਂ, ਇਹ ਮਿੱਟੀ ਆ। ਮਿੱਟੀ ਨੂੰ ਪੁੱਛਣ ਲੱਗਾ ਵੀ ਤੇਰੇ ਚੋਂ ਇੰਨੀ ਸੋਹਣੀ ਖੁਸ਼ਬੂ ਕਿੱਦਾਂ। ਮਿੱਟੀ ਕਹਿਣ ਲੱਗੀ ਬੇ ਗੁਫਤਾ ਮਨ ਗਿਲੇ ਨਾਚੀਜ਼ ਬੂਦਮ, ਕਿ ਮੈਂ ਤੇ ਬੜੀ ਨਾਚੀਜ਼ ਜੀ ਮਿੱਟੀ ਆ, ਪੈਰਾਂ ਹੇਠ ਰੋਲਣ ਵਾਲੀ ਮਿੱਟੀ ਆ। ਪਰ ਹਾਂ, ਜੇ ਤੂੰ ਪੁੱਛੇ ਵੀ ਤੇਰੇ ਚ ਸੁਗੰਧੀ, ਵਾਲੇਕਨ ਮੁਦਤੇ ਬਾ ਗੁਲ ਨਿਸ਼ਸਤਮ, ਮੈਂ ਬੜੀਆਂ ਮੁਦਤਾਂ ਤੱਕ ਫੁੱਲਾਂ ਦੀ ਸੰਗਤ ਕੀਤੀ। ਜਿਸ ਕਿਆਰੀ ਵਿੱਚ ਫੁੱਲ ਉੱਗਦੇ ਸੀ ਮੈਂ ਉੱਥੋਂ ਆਈ, ਇਸ ਕਰਕੇ ਹੈ ਤੇ ਮੈਂ ਨਾਚੀਜ਼ ਮਿੱਟੀ, ਪਰ ਫੁੱਲਾਂ ਦੀ ਸੰਗਤ ਨੇ ਮੈਨੂੰ ਖੁਸ਼ਬੂ ਦੇਤੀ, ਸੁਗੰਧੀ ਦੇਤੀ।
ਸਾਦੀ ਸਾਹਿਬ ਕਹਿੰਦੇ ਮੈਂ ਹੈਰਾਨ ਹੁੰਨਾ ਕਿ ਬੰਦਿਆ ਜੇ ਮਿੱਟੀ ਅਸਰ ਕਬੂਲ ਸਕਦੀ ਸੰਗਤ ਦਾ ਤੇ ਬੰਦੇ ਤੇ ਅਸਰ ਨਾ ਪਵੇ। ਇਸ ਕਰਕੇ ਦੁਨੀਆਂ ਵਿੱਚ ਜਿੰਨੇ ਵੀ ਤੁਹਾਨੂੰ ਨੇਕ ਪੁਰਸ਼ ਦੇਖਦੇ ਉਹ ਨੇਕ ਨਹੀਂ, ਉਹਨਾਂ ਦੀ ਸੰਗਤ ਨੇਕ। ਬੰਦਾ ਤੇ ਕੁਝ ਵੀ ਨਹੀਂ, ਨਾ ਮਾੜਾ ਨਾ ਚੰਗਾ, ਸਭ ਸੰਗਤ ਹੀ। ਜਿੰਨੇ ਵੀ ਤੁਹਾਨੂੰ ਮਾੜੇ ਇਨਸਾਨ ਦੇਖਦੇ ਉਹ ਮਾੜਾ ਨਹੀਂ, ਉਹਦੀ ਸੰਗਤ ਹੀ ਮਾੜੀ। ਸੰਗਤ ਦੇ ਵਿੱਚ ਏਡੀ ਵੱਡੀ ਤਾਕਤ ਹੈ, ਮਿੱਟੀ ਤੱਕ ਉਹਦਾ ਅਸਰ ਕਬੂਲ ਕਰ ਲੈਂਦੀ। ਦੂਸਰਾ ਗੁਰਬਾਣੀ ਕਹਿੰਦੀ ਮਿੱਟੀ ਤੋਂ ਅੱਗੇ ਚੱਲ ਕੀ ਆ ਪੌਦੇ ਬਨਸਪਤੀ। ਜਿਹੜੀ ਮਿੱਟੀ ਦੇ ਨਾਲੋਂ ਚੇਤਨ ਹੈ, ਕਬੀਰ ਸਾਹਿਬ ਕਹਿੰਦੇ ਨੇ ਕਿ ਨਿੱਕੀਆਂ ਨਿੱਕੀਆਂ ਝਾੜੀਆਂ ਦੇਖ, ਘਾਹ ਦੇਖ, ਜੰਗਲ ਦੀ ਬਨਸਪਤੀ ਦੇਖ, ਉਹਨਾਂ ਵਿੱਚੋਂ ਵੀ ਸੁਗੰਧੀ ਆਉਣ ਲੱਗ ਪਈ ਜਿੱਦਣ ਉਹਨਾਂ ਵਿੱਚ ਇੱਕ ਚੰਦਨ ਦਾ ਰੁੱਖ ਆ ਗਿਆ। ਉਹ ਝਾੜੀਆਂ, ਉਹ ਘਾਹ ਫੂਸ, ਉਹ ਦਰਖਤ ਵੀ ਚੰਦਨ ਹੋ ਗਏ। ਸੰਗਤ ਦਾ ਅਸਰ ਦਰਖਤ ਵੀ ਕਬੂਲਦਾ। ਕਈ ਵਾਰੀ ਮੈਂ ਸੋਚੀ ਪੈ ਗਿਆ ਕਬੀਰ ਸਾਹਿਬ ਸਾਡੇ ਸਿੱਖ ਮੰਨਣੋਂ ਹਟ ਗਏ, ਅੱਜ ਦੁੱਖ ਭੰਜਣੀ ਬੇਰੀ ਨੂੰ, ਸਿੱਖ ਮੰਨਣੋਂ ਹਟ ਗਏ ਦੁੱਖ ਭੰਜਣੀ ਬੇਰੀ ਨੂੰ, ਸਿੱਖ ਮੰਨਣੋਂ ਹਟ ਗਏ ਆਪਣੇ ਗੁਰੂਆਂ ਦੇ ਪਵਿੱਤਰ ਦਰਖਤਾਂ ਨੂੰ ਜਿੱਥੇ ਉਹ ਥੱਲੇ ਕਿਤੇ ਬਹਿੰਦੇ ਰਹੇ। ਪਰ ਕਬੀਰ ਸਾਹਿਬ ਤੇ ਕਹਿੰਦੇ ਐਵੇਂ ਭੁਲੇਖੇ ਚ ਨਾ ਰਹੀ, ਉਹ ਦਰਖਤ ਨੇ ਵੀ ਉਹਦਾ ਅਸਰ ਕਬੂਲਿਆ। ਕਬੀਰ ਚੰਦਨ ਕਾ ਬਿਰਵਾ ਪਲਾ, ਬੇੜੇ ਉਹ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ। ਜਿਹੜਾ ਚੰਦਨ ਦੇ ਕੋਲ ਵਸੇਗਾ ਉਹ ਚੰਦਨ ਹੋਵੇਗਾ। ਭਾਈ ਗੁਰਦਾਸ ਸਾਹਿਬ ਕਹਿੰਦੇ ਚੰਦਨ ਬਨਾਸ ਪਤ ਸਭ ਚੰਦਨ ਹੋਵੇ। ਦਰਖਤਾਂ ਤੋਂ ਅੱਗੇ ਆ ਜਾਂਦੇ ਨੇ ਪਸ਼ੂ ਪੰਛੀ, ਕਿਉਂ ਦਰਖਤਾਂ ਦੇ ਵਿੱਚ ਚੇਤਨਤਾ ਹੈ ਪਰ ਇੰਨੀ ਨਹੀਂ ਜਿੰਨੀ ਪਸ਼ੂਆਂ 'ਚ, ਜਿੰਨੀ ਪੰਛੀਆਂ ਵਿੱਚ। ਦਰਖਤਾਂ ਵਿੱਚ ਚੇਤਨਤਾ ਹੈ ਪਰ ਪਸ਼ੂਆਂ ਜਿੰਨੀ, ਪੰਛੀਆਂ ਜਿੰਨੀ ਚੇਤਨਤਾ ਸੋਝੀ ਨਹੀਂ ਉਹਨਾਂ ਦਾ। ਹੁਣ ਤੁਸੀਂ ਦੇਖੋਗੇ ਵੀ ਦੋ ਤਰ੍ਹਾਂ ਦੇ ਪਸ਼ੂ ਨੇ, ਇੱਕ ਜਾਂਗਲੀ ਨੇ, ਖੂੰਖਾਰ ਨੇ, ਇੱਕ ਪਾਲਤੂ ਨੇ। ਜਾਂਗਲੀ ਮਾਰਨ ਪੈਂਦਾ ਹੈ, ਵੱਢਣ ਪੈਂਦਾ ਹੈ ਤੇ ਪਾਲਤੂ ਤੇਰੇ ਪਿੱਛੇ ਪੂਛ ਲਾਉਂਦਾ ਫਿਰਦਾ, ਤੇਰੇ ਹੱਥ ਚੱਟਦਾ ਹੈ। ਔਰ ਮੁੱਦਤਾਂ ਦੀ ਸੰਗਤ, ਬੰਦੇ ਦੀ ਸੰਗਤ ਜਿਹੜੇ ਪਸ਼ੂਆਂ ਨੂੰ ਮਿਲ ਗਈ, ਉਹ ਪਸ਼ੂ ਵੀ ਪਾਲਤੂ ਹੋ ਗਏ, ਉਹ ਸੁਭਾਅ ਬਦਲ ਗਏ ਆਪਣੇ, ਸੁਭਾਅ ਚੇਂਜ ਕਰ ਗਏ ਆਪਣੇ।
ਆਪ ਜੀ ਹੈਰਾਨ ਹੋਵੋਗੇ, ਗੁਰੂ ਦੇ ਵਿੱਚ ਬੜੀ ਮਹਾਨ ਤਾਕਤ ਹੈ। ਏਡੀ ਵੱਡੀ ਤਾਕਤ ਹੈ ਕਿ ਗੁਰੂ ਲੋਹੇ ਤੋਂ ਲਾਲ ਕਰਦਾ ਹੈ, ਕੱਚ ਤੋਂ ਮੋਤੀ ਬਣਾ ਦਿੰਦਾ ਹੈ, ਆਮ ਜਿਹੀ ਲੱਕੜ ਤੋਂ ਚੰਦਨ ਕਰ ਦਿੰਦਾ ਹੈ, ਆਮ ਧਾਤ ਤੋਂ ਪਾਰਸ ਕਰ ਦਿੰਦਾ ਹੈ, ਜ਼ਹਿਰ ਤੋਂ ਅੰਮ੍ਰਿਤ ਕਰ ਦਿੰਦਾ ਹੈ। ਇਸ ਸਥਾਨ ਦੇ ਮੁੱਖ ਸੇਵਾਦਾਰ, ਇਸ ਸਥਾਨ ਦੇ ਸੰਸਥਾਪਕ ਮਹਾਂਪੁਰਖ ਸੰਤ ਬਾਬਾ ਸਰੂਪ ਸਿੰਘ ਜੀ ਸੰਗਤ ਵਿੱਚ ਪਹੁੰਚੇ ਨੇ, ਸੰਗਤ ਦੇ ਦਰਸ਼ਨ ਕਰਨ ਵਾਸਤੇ। ਆਪ ਜੀ ਨੇ ਇੱਕ ਸ਼ਬਦ ਸੁਣਿਆ ਹੋਊਗਾ ਧੰਨ ਗੁਰੂ ਅਮਰਦਾਸ ਸਾਹਿਬ ਦੀ, ਸ਼ਾਇਦ ਉਸਤਤ ਵਿੱਚ ਉਹ ਸ਼ਬਦ ਹੈ, ਲੋਇਓ ਹੋਇਓ ਲਾਲ ਨਦਰ ਸਤਿਗੁਰ ਜਤ ਧਾਰੈ। ਇੱਕ ਵਾਰੀ ਮੈਂ ਇੱਕ ਲੇਖ ਪੜ੍ਹਦਾ ਪਿਆ ਸੀ, ਉਹਦੇ ਵਿੱਚ ਬੜਾ ਪ੍ਰਸਿੱਧ ਲੇਖ ਆਇਆ ਕਿ ਅਮਰੀਕਾ ਦੇ ਵਿੱਚ ਇੱਕ ਵਿਗਿਆਨੀ ਏਦਾਂ ਦੇ ਹੋਏ ਨੇ ਜਿਨ੍ਹਾਂ ਨੇ ਦਾਅਵਾ ਕੀਤਾ ਵੀ ਮੈਂ ਸੁਭਾਅ ਬਦਲ ਸਕਦਾ। ਹਾਲਾਂਕਿ ਕਈ ਵਾਰੀ ਆਪਣੇ ਮਨ ਦੇ ਵਿੱਚ ਇਹੋ ਜਿਹੇ ਸਵਾਲ ਆ ਜਾਂਦੇ ਆ, ਜਿਵੇਂ ਧੰਨ ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਦੀ ਉਸਤਤ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਜਾਂ ਇੱਕ ਸ਼ਬਦ ਆਵੇਗਾ ਅੰਮ੍ਰਿਤ ਸਾਰ ਸਤਿਗੁਰ ਸਤ ਵਾਦੀ ਜਿਤ ਨਹਾਤੇ ਕਊਆ ਹੰਸ ਹੋਵੇ। ਕਾਂ ਜਿੱਥੇ ਹੰਸ ਬਣ ਜਾਂਦਾ ਹੈ। ਦੋ ਤਰ੍ਹਾਂ ਦੇ ਅਰਥ ਕਰਦੇ ਨੇ ਵਿਦਵਾਨ, ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਰਧਾ ਹੈ ਉਹ ਤਾਂ ਕਹਿੰਦੇ ਵੀ ਪ੍ਰਤੱਖ ਕਾਂ ਵੀ ਹੰਸ ਹੁੰਦੇ, ਬਾਹਰਲੇ ਕਾਂ ਵੀ ਹੰਸ ਬਣਦੇ ਆ ਜਿਹੜੇ ਆਪਣੇ ਗੁਰੂ ਤੇ ਭਰੋਸਾ ਕਰਦੇ ਆ। ਕੁਝ ਵਿਦਵਾਨ ਉਹ ਵੀ ਮਹਾਰਾਜ ਦਾ ਸਤਿਕਾਰ ਕਰਦੇ ਆ, ਪਰ ਉਹ ਥੋੜਾ ਸਾਇੰਟਿਫਿਕ ਜੀ ਗੱਲ ਕਰਦੇ, ਫਿਲੋਸਫੀ ਟਾਈਪ ਵੀ, ਜਿਹੜਾ ਕਾਲੇ ਕਾਂ ਵਰਗਾ ਦਿਲ ਆ ਨਾ, ਮਨ ਮੈਲਾ ਹੋ ਚੁੱਕਾ ਵਾ, ਉਹ ਗੁਰੂ ਦੀ ਸੰਗਤ ਰੂਪੀ ਸਰੋਵਰ ਵਿੱਚੋਂ ਹੰਸ ਵਰਗਾ ਉੱਜਲ ਹੋ ਜਾਂਦਾ ਹੈ, ਸਾਫ਼ ਹੋ ਜਾਂਦਾ ਹੈ। ਆਪੋ ਆਪਣੀ ਸ਼ਰਧਾ ਦੀ ਗੱਲ ਹੈ, ਪਰ ਮਹਾਂਪੁਰਖ ਕਹਿੰਦੇ ਸੀ ਗੁਰੂ ਤੇ ਸ਼ਰਧਾ ਰੱਖਣੀ ਚਾਹੀਦੀ, ਉਹ ਕਾਵਾਂ ਨੂੰ ਵੀ ਹੰਸ ਕਰ ਸਕਦਾ ਹੈ ਤੇ ਕਾਂ ਵਰਗੇ ਹਿਰਦੇ ਨੂੰ ਵੀ ਹੰਸ ਉੱਜਲ ਸਾਫ ਕਰ ਸਕਦਾ ਹੈ। ਇਹ ਉਹਦੀ ਮੌਜ ਹੈ, ਪਰਮੇਸ਼ਰ ਦੀ ਵਾਹਿਗੁਰੂ। ਉਹ ਵਿਗਿਆਨੀ ਪਤਾ ਕੀ ਕਰਦਾ ਸੀ, ਸਾਇੰਸ ਦੀਆਂ ਬੜੀਆਂ ਸ਼ਾਖਾਂ ਨੇ, ਉਹ ਪੌਦਿਆਂ ਦਾ ਵਿਗਿਆਨੀ ਸੀ, ਖੋਜ ਕਰਦਾ ਸੀ।
ਉਹਨੇ ਇੱਕ ਕੰਡਿਆਂ ਵਾਲਾ ਪੌਦਾ ਆਪਣੇ ਘਰ ਦੇ ਵਿੱਚ ਲਾਇਆ ਤੇ ਰੋਜ਼ ਉਹਦੇ ਵਿੱਚ ਜਿੱਥੇ ਥਾਂ ਸੀ ਉੱਥੇ ਆਪਣੀਆਂ ਉਂਗਲਾਂ ਦੇ ਪੋਟੇ ਫੇਰ ਕੇ ਉਹ ਕਹਿੰਦਾ ਉਹਨੂੰ ਵੀ ਤੈਨੂੰ ਮੇਰੇ ਘਰ 'ਚ ਕੋਈ ਖਤਰਾ ਨਹੀਂ, ਤੈਨੂੰ ਮੇਰੇ ਘਰ 'ਚ ਕੋਈ ਖਤਰਾ ਨਹੀਂ, ਤੂੰ ਕੰਡਿਆਂ ਵਾਲਾ ਸੁਭਾਅ ਛੱਡ ਦੇ। ਬਾਬਾ ਜੀ ਬੈਠੇ ਨੇ, ਬੜੀ ਔਖੀ ਗੱਲ ਆ, ਇੱਥੇ ਬੇਰੀ ਲੱਗੀ ਹੋਵੇ ਤੇ ਬੇਰੀ ਨੂੰ ਮੈਂ ਜਾ ਕੇ ਕਵਾਂ ਤੂੰ ਕੰਡਿਆਂ ਵਾਲਾ ਸੁਭਾਅ ਛੱਡ ਦੇ, ਵੇਖਣ ਵਾਲਿਆ ਕਹਿਣਾ ਵਾ ਇਹ ਪਾਗਲ ਹੋ ਗਿਆ। ਪਰ ਮੈਂ ਆਪ ਜੀ ਨੂੰ ਬੇਨਤੀ ਕਰਾਂ, ਜਿਹੜਾ ਬੰਦੇ ਦਾ ਸਰੀਰ ਆ ਨਾ, ਰੱਬ ਦਾ ਮੰਦਰ ਆ। ਜਦੋਂ ਵੀ ਰੱਬ ਲੱਭਦਾ ਇਹ ਸਰੀਰ ਵਿੱਚੋਂ ਹੀ ਲੱਭਦਾ। ਬਾਣੀ ਕਹਿੰਦੀ ਹਰ ਮੰਦਰ ਇਹੋ ਸਰੀਰ ਹੈ। ਤੁਸੀਂ ਸ਼ਬਦ ਸੁਣਿਆ ਹੋਊਗਾ ਨਾ, ਘੱਟ ਹੀ ਖੋਜੋ ਭਾਈ, ਜਾਂ ਕਿਤੇ ਪੰਕਤੀ ਆਊ ਬਾਹਰ ਢੂੰਡੇ ਸੋ ਭਰਮ ਭੁਲਾਏ। ਬੰਦੇ ਦੇ ਸਰੀਰ ਵਿੱਚ ਪਰਮਾਤਮਾ ਬੈਠਾ ਵਾ। ਜਦੋਂ ਬੰਦਾ ਕਿਸੇ ਤੇ ਨਿਗਾਹ ਪਾਉਂਦਾ ਹੈ ਤਾਂ ਉਹ ਜਿਹੜੀ ਆਤਮਕ ਸ਼ਕਤੀ ਉਹ ਨਿਗਾਹ ਥਾਣੀ ਵੀ ਬਾਹਰ ਜਾਂਦੀ। ਜੇ ਉਹ ਬੋਲਦਾ ਹੈ ਆਤਮਕ ਸ਼ਕਤੀ ਬੋਲਣ ਜ਼ਬਾਨ ਰਾਹੀਂ ਵੀ ਬਾਹਰ ਸੰਸਾਰ 'ਚ ਆਉਂਦੀ। ਜੇ ਉਹ ਹੱਥ ਲਾਉਂਦਾ ਕਿਸੇ ਚੀਜ਼ ਨੂੰ ਤਾਂ ਉਹ ਆਤਮਕ ਸ਼ਕਤੀ ਹੱਥਾਂ ਥਾਣੀ ਸੰਚਾਰ ਕਰਕੇ ਬਾਹਰ ਪ੍ਰਗਟ ਹੁੰਦੀ, ਕਿਉਂ ਅੰਦਰ ਪਰਮਾਤਮਾ ਬੈਠਾ ਹੈ, ਆਤਮਕ ਸ਼ਕਤੀ ਬੈਠੀ। ਇੱਥੇ ਬਾਹਰ ਕਿਤੇ ਬੇਰੀ ਲੱਗੀ ਹੋਵੇ ਤੇ ਮੇਰੇ ਅਰਗਾ ਉਹਨੂੰ ਕਵੇ ਵੀ ਤੂੰ ਹੁਣ ਕੰਡੇ ਨਾ ਲੱਗਣ, ਤੈਨੂੰ ਸੁਭਾਅ ਛੱਡ ਦੇ। ਮੇਰੇ ਖਿਆਲ ਨਾਲ ਇੱਕ ਦੋ ਵਾਰੀ ਕਹਿਣ ਦੀ ਦੇਰ, ਅਗਲਿਆਂ ਪਿੰਗਲ ਵਾੜੇ ਛੱਡ ਕੇ ਆਉਣਾ। ਉਹਨੂੰ ਬੜਿਆਂ ਨੇ ਆਖਿਆ ਤੂੰ ਬੇਵਕੂਫ ਆ, ਉਹ ਕਹਿੰਦਾ ਨਹੀਂ, ਦਰਖਤ ਚੇਤਨ ਆ, ਦਰਖਤਾਂ ਵਿੱਚ ਵੀ ਸੋਝੀ ਹੈ, ਜਾਨ ਹੈ, ਚੇਤਨ ਆ ਦਰਖਤ। ਚਲੋ ਉਹਦੀ ਮਿਹਨਤ ਰੰਗ ਲਿਆਈ, ਇੱਥੋਂ ਤੱਕ ਪਰਿਵਾਰ ਵੀ ਇਸ ਗੱਲ ਕਰਕੇ ਉਹਨਾਂ ਨਾਰਾਜ਼ ਹੋਇਆ। ਉਹਨੇ ਰੋਜ਼ ਹੱਥ ਲਾ ਕੇ ਫੇਰ ਕੇ ਕਹਿਣਾ ਮੇਰੇ ਘਰ 'ਚ ਤੈਨੂੰ ਖਤਰਾ ਨਹੀਂ, ਤੂੰ ਕਿਉਂ ਕੰਡੇ ਪੈਦਾ ਕਰਦਾ, ਬਾਹਰ ਤੈਨੂੰ ਉਜਾੜ ਵਿੱਚ ਖਤਰਾ, ਉੱਥੇ ਪੈਦਾ ਕਰਦਾ। ਆਪ ਜੀ ਹੈਰਾਨ ਹੋਵੋਗੇ, ਕੋਈ ਸਾਇੰਟਿਫਿਕ ਗੱਲ ਚੱਲਦੀ ਪਈ ਹੈ। ਉਹ ਪੌਦੇ ਨੇ ਆਪਣਾ ਸੁਭਾਅ ਬਦਲ ਲਿਆ। ਇੱਕ ਦਿਨ ਐਸਾ ਸਮਾਂ ਆਇਆ ਉਹਦੇ ਕੰਡੇ ਉੱਗਣੋਂ ਅੜ ਗਏ, ਉਹਨੇ ਫਿਰ ਦੁਨੀਆਂ ਨੂੰ ਸਿੱਧ ਕਰਕੇ ਦਿਖਾਇਆ। ਇੱਕ ਆਮ ਵਿਗਿਆਨੀ ਜਿਹਦੀ ਕੋਈ ਬੰਦਗੀ ਨਹੀਂ, ਕੋਈ ਭਜਨ ਨਹੀਂ, ਕੋਈ ਸਿਮਰਨ ਨਹੀਂ, ਉਹਦਾ ਅਸਰ ਇੱਕ ਪੌਦਾ ਕਬੂਲ ਸਕਦਾ ਹੈ ਤੇ ਜਿਹੜਾ ਰੱਬ ਆ, ਜਿਹੜਾ ਗੁਰੂ ਆ, ਜਿਹੜਾ ਬ੍ਰਹਮ ਗਿਆਨੀ, ਉਹਦਾ ਅਸਰ ਕਾਂ ਨਹੀਂ ਕਬੂਲ ਸਕਦੇ।
ਕੀ ਉਹਦਾ ਅਸਰ? ਦੁੱਖ ਭੰਜਨੀ ਵਰਗੇ ਦਰਖਤ ਨਹੀਂ ਕਬੂਲ ਸਕਦੇ। ਗੁਰਬਾਣੀ ਕਹਿੰਦੀ ਗੁਰੂ ਦੇ ਵਿੱਚ ਏਡੀ ਵੱਡੀ ਤਾਕਤ ਹੈ, ਕਚਹੋ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਆ। ਉਹ ਕੱਚ ਤੋਂ ਕੰਚਨ ਕਰ ਸਕਦਾ, ਲੋਹੇ ਤੋਂ ਲਾਲ ਕਰ ਸਕਦਾ, ਬਿੱਖ ਤੋਂ ਅੰਮ੍ਰਿਤ ਕਰ ਸਕਦਾ ਹੈ, ਤੇ ਆਮ ਲੱਕੜ ਤੋਂ ਉਹ ਚੰਦਨ ਕਰ ਸਕਦਾ ਹੈ। ਪਸ਼ੂ ਪ੍ਰੇਤ ਤੋਂ ਉਹ ਸੁਰ ਨਾਰ ਕਰ ਸਕਦਾ, ਬੇਨਤੀ ਕਰਦਾ ਪਿਆ ਸੀ ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ। ਸੱਜਣਾ ਚੰਦਨ ਦਾ ਰੁੱਖ ਜਿਹੜਾ ਨਾ, ਉਹ ਆਮ ਦਰਖਤਾਂ ਨੂੰ, ਆਮ ਝਾੜੀਆਂ ਨੂੰ, ਘਾਹ ਫੂਸ ਨੂੰ ਵੀ ਚੰਦਨ ਕਰੀ ਜਾਂਦਾ ਹੈ। ਸੰਗਤ ਦਾ ਅਸਰ ਤੇ ਦਰਖਤ ਵੀ ਕਬੂਲਦੇ, ਤੇ ਅੱਗੇ ਬੇਨਤੀ ਕੀਤੀ ਸੀ ਵੀ ਸੰਗਤ ਦਾ ਅਸਰ ਤੇ ਪਸ਼ੂ ਵੀ ਕਬੂਲਦੇ। ਸੰਗਤ ਦਾ ਅਸਰ ਤੇ ਪੰਛੀ ਵੀ ਕਬੂਲਦੇ। ਭਾਈ ਗੁਰਦਾਸ ਸਾਹਿਬ ਕਹਿੰਦੇ ਭੁਲੇਖੇ ਚ ਨਾ ਰਹੀ ਇੱਕ ਵੇਸਵਾ ਸੀ, ਗਨਕਾ ਪਾਪਨ ਹੋਏ ਕੇ ਗੱਲ ਪਾਪਾਂ ਦਾ ਹਾਰ ਪਰੋਤਾ। ਸਾਧੂ ਇੱਕ ਚਾਣ ਚੱਕ ਗਨਕਾ ਵਾੜੇ ਆਏ ਖਲੋਤਾ। ਇੱਕ ਬੜੀ ਵੱਡੀ ਬੇਸਵਾ ਹੋਈ ਹੈ ਜਿਹੜੀ ਵਕਾਰ ਕਮਾਉਂਦੀ ਰਹੀ, ਸਰੀਰ ਵੇਚਦੀ ਰਹੀ, ਪਰ ਉਹਦਾ ਭਲਾ ਇੱਕ ਤੋਤੇ ਦੀ ਸੰਗਤ ਕਰਕੇ ਹੋਇਆ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਜਿਹੜਾ ਸਿਰਫ ਚੂਰੀ ਖਾਣ ਦੇ ਬਦਲੇ ਕਹਿੰਦਾ ਹੁੰਦਾ ਸੀ ਬੋਲ ਗੰਗਾ ਰਾਮ ਰਾਮ ਰਾਮ, ਉਹਨੂੰ ਕੀ ਪਤਾ ਵੀ ਰਾਮ ਕੀ ਹੈ ਬਈ, ਉਹਨੂੰ ਪਤਾ ਵੀ ਰਾਮ ਖੰਡ ਆ ਕੇ ਰਾਮ ਮਿਰਚਾਂ ਵਾ, ਰਾਮ ਬੰਦਾ ਹੈ। ਹੁਣ ਅਗਲੀ ਗੱਲ ਤੇ ਮੇਰੇ ਮੂੰਹ ਫੱਬਦੀ ਵੀ ਨਹੀਂ ਵੀ ਰਾਮ ਕੀ ਹੈ। ਤੋਤੇ ਨੂੰ ਕੀ ਪਤਾ ਵੀ ਰਾਮ ਕੀ ਆ, ਉਹਨੂੰ ਤੇ ਚੂਰੀ ਪਤਾ ਜਿਹੜੀ ਮਿਲਣੀ ਆ ਬਾਅਦ ਚ। ਤੇ ਸੰਗਤ ਉੱਥੇ ਕਿਸੇ ਦੀ ਨਹੀਂ, ਸਿਰਫ ਇੱਕ ਵੇਸਵਾ ਨੂੰ ਤੋਤੇ ਦੀ ਸੰਗਤ ਆ ਤੇ ਤੋਤੇ ਨੂੰ ਵੇਸਵਾ ਦੀ ਸੰਗਤ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਕਹਿੰਦੇ ਇੱਕ ਸਿੱਖ ਜੇ ਇਕੱਲਾ ਹੋਵੇ ਤੇ ਸਿੱਖ ਮੰਨਣਾ ਚਾਹੀਦਾ ਹੈ, ਜੇ ਦੋ ਹੋਣ ਫਿਰ ਦੋਏ ਸਾਧ ਸੰਗ, ਦੋ ਸਿੱਖ ਹੋਣ ਤੇ ਉਹ ਸਾਧ ਸੰਗ ਹੈ, ਤੇ ਜੇ ਪੰਜ ਹੋਣ ਫਿਰ ਤੇ ਰੱਬ ਹੀ ਬੈਠਾ ਪੰਜੀ ਪਰਮੇਸ਼ਰ, ਜਿੱਥੇ ਪੰਜ ਹੋਣ ਉੱਥੇ ਪਰਮੇਸ਼ਰ। ਤਾਂ ਮਹਾਰਾਜ ਜੀ ਬੜਾ ਸੋਹਣਾ ਲਿਖਦੇ ਕਹਿੰਦੇ ਹਨ ਕਿ ਸੰਗਤ ਦੇ ਵਿੱਚ ਸੱਜਣਾ ਏਡੀ ਵੱਡੀ ਤਾਕਤ ਹੈ, ਸੰਗਤ ਬੜਾ ਵੱਡਾ ਅਸਰ ਕਰਦੀ। ਕਬੀਰ ਸਾਹਿਬ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਵੀ ਜਿਹੜੀਆਂ ਨਦੀਆਂ ਗੰਗਾ ਨਾਲ ਵਿਗੜੀਆਂ ਉਹ ਗੰਗਾ ਬਣ ਗਈਆਂ, ਜਿਹੜੇ ਦਰਖਤ ਚੰਦਨ ਨਾਲ ਵਿਗੜੇ ਉਹ ਚੰਦਨ ਬਣ ਗਏ, ਤੇ ਕਬੀਰ ਸੰਤਾਂ ਨਾਲ ਵਿਗੜ ਗਿਆ। ਇੱਥੇ ਵਿਗੜ ਦਾ ਮਤਲਬ ਮਿਲਣਾ,
ਸੰਤੈ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮੇ ਹੋਏ ਨੇ। ਜਦੋਂ ਮੈਂ ਸੰਤਾਂ ਦੇ ਨਾਲ ਰਲਿਆ, ਇੱਕ ਆਮ ਕਬੀਰ ਅੱਜ ਰੱਬ ਬਣ ਗਿਆ, ਰਾਮ ਹੋ ਗਿਆ, ਪਰਮੇਸ਼ਰ ਹੋ ਗਿਆ। ਗੰਗਾ ਨਾਲ ਨਦੀਆਂ ਮਿਲ ਕੇ ਕੀ ਹੋ ਗਈਆਂ? ਗੰਗਾ ਹੋ ਗਈ। ਦਰਖਤ ਚੰਦਨ ਨਾਲ ਮਿਲੇ, ਚੰਦਨ ਹੋ ਗਏ। ਤੇ ਜੇ ਤੂੰ ਸੰਤਾਂ ਨਾਲ ਮਿਲ ਜੇ ਤੇ ਫਿਰ ਤੂੰ ਕੀ ਸੰਤ? ਨਹੀਂ, ਤੂੰ ਫਿਰ ਰੱਬ ਹੀ ਹੋ ਜਾਏ। ਸੰਤ ਸੰਤ ਨਹੀਂ ਕਰਦੇ, ਰੱਬ ਕਰ ਦਿੰਦੇ। ਸੰਗਤ ਮਹਾਂਪੁਰਖਾਂ ਨੇ, ਵਿਦਵਾਨਾਂ ਨੇ ਦੋ ਤਰ੍ਹਾਂ ਦੀ ਮੰਨੀ ਹੈ। ਇੱਕ ਤੇ ਹੈ ਕਿਤਾਬਾਂ ਦੀ ਸੰਗਤ, ਇੱਕ ਹੁੰਦੀ ਮਹਾਤਮਾ ਦੀ, ਗੁਰਸਿੱਖਾਂ ਦੀ, ਧਰਮੀ ਪੁਰਸ਼ਾਂ ਦੀ ਸੰਗਤ। ਕਿਤਾਬਾਂ ਦੀ ਸੰਗਤ ਬੜੀ ਉੱਤਮ ਸੰਗਤ ਹੈ। ਇਹ ਓਨਾ ਚਿਰ ਕਰਨੀ ਚਾਹੀਦੀ ਜਿੰਨਾ ਚਿਰ ਕੋਈ ਮਹਾਤਮਾ ਨਾ ਮਿਲੇ। ਤੇ ਕਲਯੁੱਗ ਦੇ ਵਿੱਚ ਕੀ ਗਰੰਟੀ ਆ ਵੀ ਮਹਾਤਮਾ ਪੂਰਾ? ਇਸ ਕਰਕੇ ਕਿਤਾਬਾਂ ਦੀ ਸੰਗਤ ਬੜੀ ਉੱਤਮ ਸੰਗਤ ਮੰਨੀ ਜਾਂਦੀ। ਕਿਤਾਬਾਂ ਦੀ ਸੰਗਤ ਜਿਹੜਾ ਕਰਦਾ ਹੈ, ਅੱਜ ਕੱਲ ਪ੍ਰਿੰਟਡ ਮੀਡੀਆ ਬੜਾ ਕੁਝ ਸੁਖੈਨ ਹੈ। ਅੱਜ ਕੱਲ ਤੇ ਪੋਥੀਆਂ ਚੁੱਕਣ ਦੀ ਵੀ ਲੋੜ ਨਹੀਂ, ਸਭ ਕੁਝ ਆ ਟੈਬ ਆ ਗਏ, ਉਹਦੇ ਚ ਭਰ ਛੱਡੋ। ਅੱਜ ਕੱਲ ਤੇ ਮੋਬਾਈਲ ਹੈ, ਆਡੀਓ ਵਿੱਚ ਭਰ ਛੱਡੋ। ਪਰ ਸਾਵਧਾਨੀ ਦੀ ਵੀ ਬੜੀ ਲੋੜ ਆ। ਕਿਤਾਬਾਂ ਅੰਮ੍ਰਿਤ ਦਾ ਕੰਮ ਵੀ ਕਰਦੀਆਂ ਤੇ ਕਿਤਾਬਾਂ ਜ਼ਹਿਰ ਦਾ ਕੰਮ ਵੀ ਕਰਦੀਆਂ। ਜੇ ਕੋਈ ਮਾੜੀ ਪੜ੍ਹ ਲਈ, ਨਾਸਤਕ ਬੰਦੇ ਦੀ ਲਿਖੀ ਤੇ ਬੇਮੁਖ ਵੀ ਕਰ ਦਿੰਦੀ, ਰੱਬ ਤੋਂ ਪਿੱਛੇ ਵੀ ਕਰ ਦਿੰਦੀਆਂ। ਤੇ ਜੇ ਕੋਈ ਚੰਗੇ ਗੁਰਸਿੱਖ ਦੀ ਲਿਖੀ ਹੋਈ ਪੜ੍ਹ ਲਈ ਤੇ ਰੱਬ ਦੇ ਨੇੜੇ ਵੀ ਕਰਦੀਆਂ, ਗਿਆਨ ਚ ਵਾਧਾ ਕਰਦੀਆਂ। ਕਿਤਾਬਾਂ ਚ ਇੰਨਾ ਕੀ ਕਸੂਰ ਹੁੰਦਾ ਹੈ ਵੀ ਇਹ ਰਾਹ ਦੱਸਦੀਆਂ ਨਹੀਂ ਆ, ਆਪ ਚੁਣਨਾ ਪੈਂਦਾ ਆਪਣੀ ਕਲਾਸ ਮੁਤਾਬਕ, ਆਪਣੇ ਸੁਰਤੀ ਮੁਤਾਬਕ, ਆਪਣੀ ਅਵਸਥਾ ਮੁਤਾਬਕ। ਮਹਾਤਮਾ ਦੀ ਸੰਗਤ ਦਾ ਇਹ ਫਰਕ ਹੁੰਦਾ ਹੈ, ਉਹ ਦੱਸ ਦਿੰਦਾ ਸਿੱਧਾ ਵੀ ਤੇਰੇ ਵਾਸਤੇ ਆਹ ਰਾਹ ਤੇ ਇਹਤੇ ਤੁਰ। ਕਿਤਾਬਾਂ ਦੀ ਸੰਗਤ ਚ ਇੱਕ ਹੀ ਦੋਸ਼ ਆ ਬਸ, ਇਹ ਸਿਰਫ ਤੇ ਸਿਰਫ ਬੁੱਧੀ ਨੂੰ ਗਿਆਨ ਦਿੰਦੀਆਂ ਨੇ। ਅੱਗੇ ਬੁੱਧੀ ਤੋਂ ਅੱਗੇ ਜਿਹੜੀ ਆਤਮਾ ਬੈਠੀ ਨਾ, ਜਿਹਨੂੰ ਚੌਥਾ ਪਦ ਕਹਿੰਦੇ, ਉਹਨੂੰ ਨਹੀਂ ਹਲਾਰਾ ਦਿੰਦੀਆਂ। ਇਹ ਗਿਆਨ ਬਹੁਤ ਦੇ ਦਿੰਦੀਆਂ, ਨੌਲੇਜ ਬਹੁਤ ਦੇ ਦਿੰਦੀਆਂ। ਤੁਸੀਂ ਕੁਛ ਪੁੱਛੋਗੇ ਝੱਟ ਜਵਾਬ, ਕੁਝ ਵੀ ਪੁੱਛੋਗੇ ਝੱਟ ਜਵਾਬ। ਜਿਵੇਂ ਗੁਰਬਾਣੀ ਨੇ ਇੱਕ ਉਦਾਹਰਨ ਦਿੱਤੀ ਨਾ ਬੜੀ ਸੋਹਣੀ, ਵੀ ਕੋਈ ਬੀਬੀ ਉਹਦਾ ਵਿਆਹ ਤੇ ਹੋਇਆ ਨਹੀਂ ਤੇ ਉਹ ਗੱਲਾਂ ਬੜੀਆਂ ਮਾਰੇ। ਜਿਹਦਾ ਵਿਆਹ ਹੋਇਆ ਉਹਨੂੰ ਸਿੱਖਿਆ ਦੇਵੇ ਵੀ ਭੈਣੇ ਵਿਆਹ ਹੋਣ ਤੋਂ ਬਾਅਦ ਅਗਲੇ ਘਰ ਚ ਇੱਦਾਂ ਰਹੀਦਾ ਵਾ, ਏਦਾਂ ਘਰ ਵਾਲੇ ਨਾ ਰਹਿ, ਏਦਾਂ ਸੱਸ ਸਹੁਰੇ ਨਾ ਰਹਿ, ਏਦਾਂ ਪਰਿਵਾਰ ਨਾ ਰਹਿ। ਤੇ ਜਿਹਦਾ ਨਵਾਂ ਨਵਾਂ ਵਿਆਹ ਹੋਇਆ ਸੀ ਉਹਨੇ ਪੁੱਛ ਲਿਆ ਵੀ ਤੇਰੇ ਵਿਆਹ ਨੂੰ ਕਿੰਨਾ ਕੁ ਚਿਰ ਹੋਇਆ? ਕਹਿੰਦੀ ਮੈਂ ਤੇ ਅਜੇ ਵਿਆਹ ਹੀ ਨਹੀਂ। ਮੈਨੇ ਨੌਲੇਜ ਉਹਨੂੰ ਬਹੁਤ ਆ, ਪਰ ਉਸ ਅਵਸਥਾ ਚ ਉਹ ਹੈ ਨਹੀਂ। ਸਵਾਲਾਂ ਦੇ ਜਵਾਬ ਸਾਰੇ ਦਿੰਦੀ,
ਇਹ ਗੁਰਬਾਣੀ ਚ ਲਿਖਿਆ ਮਹਾਰਾਜ ਪਤਾ ਕੀ ਕਹਿੰਦੇ, ਕਹਿੰਦੇ ਗੱਲੀ ਹੋ ਸੁਹਾਗਣੀ ਭੈਣੇ ਕੰਤ ਨਾ ਕਬਹੂ ਮੈਂ ਮਿਲਿਆ। ਗੱਲਾਂ ਬਾਤਾਂ ਨਾਲ ਤੇ ਮੈਂ ਸੁਹਾਗਣਾ ਨੂੰ ਵੀ ਸੰਤਾਂ ਨੂੰ ਵੀ ਫੇਲ ਕਰਦਾ ਇਹੋ ਜਿਹੀਆਂ ਸੁਣਾਉਂਦਾ। ਗੱਲਾਂ ਬਾਤਾਂ ਤੇ ਪੰਡਿਤ ਲੋਕ, ਗਿਆਨੀ ਲੋਕ, ਵਿਦਵਾਨ ਲੋਕ ਇਹੋ ਜਿਹੀਆਂ ਸੁਣਾਉਣਗੇ ਵੀ ਸੰਤ ਵੀ ਫੇਲ ਕਰ ਦੇਣਗੇ, ਪਰ ਅਸਲੀਅਤ ਇਹ ਹੈ ਵੀ ਰੱਬ ਨੂੰ ਕਦੀ ਉਹ ਮਿਲਿਆ। ਪਰ ਗੱਲਾਂ ਤੁਸੀਂ ਜਿਹੜਾ ਮਰਜ਼ੀ ਸਵਾਲ ਕਰੋ ਜਵਾਬ ਦੇਣ। ਕਿਤਾਬਾਂ 'ਚ ਇੰਨਾ ਕੀ ਦੋਸ਼ ਹੁੰਦਾ ਵਾ, ਇਹ ਤੁਹਾਡੀ ਬੁੱਧੀ ਨੂੰ ਬਹੁਤ ਨੌਲੇਜ ਦੇ ਦਿੰਦੀਆਂ ਨੇ ਔਰ ਆਤਮਕ ਹੁਲਾਰਾ ਨਹੀਂ ਦਿੰਦੀਆਂ। ਆਤਮਕ ਹੁਲਾਰਾ ਇੱਕ ਆਤਮਾ ਨੂੰ ਸਵਾਮੀ ਵਿਵੇਕਾਨੰਦ ਜੀ ਨੇ ਬੜਾ ਸੋਹਣਾ ਲਿਖਿਆ ਵਾ ਕਿਸੇ ਸੱਜਣ ਨੇ, ਉਹ ਕਹਿੰਦੇ ਆਤਮਾ ਨੂੰ ਆਤਮਾ ਹੀ ਹੁਲਾਰਾ ਦੇ ਸਕਦੀ, ਹਿਲਾ ਸਕਦੀ ਚੇਤਨ ਨੂੰ ਚੇਤਨ ਹੀ ਹਿਲਾਉਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹ ਮਾਧੋ ਦਾਸ, ਦੋ ਚਾਰ ਬੱਕਰੇ ਵੱਢੇ ਗਏ ਤੇਰੇ ਆਸ਼ਰਮ ਦੇ ਵਿੱਚ, ਤੈਨੂੰ ਅੱਗ ਲੱਗ ਗਈ, ਸਾਰਾ ਹਿੰਦੁਸਤਾਨ ਔਰੰਗਜ਼ੇਬ ਨੇ ਵੱਢਤਾ ਫੜ ਕੇ, ਤੈਨੂੰ ਕੁਝ ਨਹੀਂ ਹੋਇਆ। ਆਤਮਾ ਨੂੰ ਆਤਮਾ ਹੀ ਝੰਜੋੜਦੀ ਹੈ ਫੜ ਕੇ। ਇਸੇ ਕਰਕੇ ਗੁਰਬਾਣੀ ਕਹਿੰਦੀ ਹੈ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਪ ਮਖੀਰਾ। ਇਸੇ ਕਰਕੇ ਗੁਰਬਾਣੀ ਕਹਿੰਦੀ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਤ। ਦੂਸਰੀ ਸੰਗਤ ਹੈ ਮਹਾਤਮਾ ਦੀ, ਆ ਜਿੰਨੇ ਤੁਸੀਂ ਗੁਰਸਿੱਖ ਬੈਠੇ ਰਲ ਮਿਲ ਕੇ ਧਰਮੀ ਪੁਰਸ਼ਾਂ ਦੀ ਸੰਗਤ, ਇਹਦੇ ਵਿੱਚ ਬੜੀ ਵੱਡੀ ਤਾਕਤ ਹੈ। ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਮਹਾਰਾਜ ਕਹਿੰਦੇ ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਨਕ ਉਧਾਰੇ, ਪਰਸ ਨਪਰਸ ਭਏ ਕੁਬਜਾ ਕੋ ਲੈ ਬੈਕੁੰਠ ਸਿਧਾਰੇ, ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੋਲਾਰੇ, ਮੇਰੇ ਠਾਕੁਰ ਕਹਿ ਮਨ ਭਾਏ ਭਾਵਨੀ ਜਮ ਕੰਕਰ ਮਾਰ ਬਦਾਰੇ। ਸੰਗਤ ਦੇ ਵਿੱਚ ਏਡੀ ਵੱਡੀ ਤਾਕਤ ਹੈ, ਮਹਾਤਮਾ ਦੀ ਜਿਹੜੀ ਸੰਗਤ ਹੈ ਇਹਦਾ ਬੜਾ ਫਰਕ ਹੈ। ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਚ ਲਿਖਦੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਬਹੁਤ ਵੱਡੇ ਭਾਗ ਹੋਣ ਤੇ ਫਿਰ ਜੀਵਨ ਪਲਟ ਜਾਂਦਾ, ਬਦਲ ਜਾਂਦਾ ਹੈ। ਕਿੱਡੇ ਕਿੱਡੇ ਮਹਾਤਮਾ ਹੋਏ, ਪਹਿਲਾਂ ਚੋਰ ਹੋਏ, ਡਾਕੂ ਹੋਏ, ਬਦਮਾਸ਼ ਹੋਏ, ਬਟਵਾਰੇ ਹੋਏ, ਸੰਗਤ ਨੇ ਐਸਾ ਜੀਵਨ ਬਦਲਿਆ ਉਹਨਾਂ ਦਾ ਕਿ ਉਹ ਪੂਜਨੀਕ ਹੋਏ ਸੰਸਾਰ ਦੇ ਵਿੱਚ। ਇਸ ਤੁਸੀਂ ਕਿਤੇ ਸੰਗਤ ਦਾ ਅਸਰ ਦੇਖਣਾ ਹੋਵੇ ਨਾ, ਜਦੋਂ ਬੰਦੇ ਦੀ ਮੌਤ ਹੁੰਦੀ ਨਾ, ਬੰਦੇ ਦੀ ਉਹਦੇ ਕੱਪੜਿਆਂ ਤੋਂ ਵੀ ਡਰ ਆਉਂਦਾ ਹੈ।
ਕਿਉਂ ਜਿਸ ਚੀਜ਼ ਵਿੱਚ ਉਹ ਵਿਚਰਿਆ ਹੋਵੇ ਉਹਦੇ ਨਾਲ ਉਹਦਾ ਮੋਹ ਬਣਿਆ ਰਹਿੰਦਾ ਮਰਨ ਤੋਂ ਬਾਅਦ। ਇਸ ਕਰਕੇ ਮਰਨ ਤੋਂ ਬਾਅਦ ਉਹਦੇ ਕੱਪੜੇ ਨਹੀਂ ਕੋਈ ਪਾਉਂਦਾ, ਉਹ ਵੰਡ ਦਿੱਤੇ ਜਾਂਦੇ ਗਰੀਬਾਂ ਨੂੰ। ਤੇ ਗਰੀਬ ਨੂੰ ਤੇ ਭੁੱਖ ਚਿੰਬੜੀ ਹੁੰਦੀ, ਉਹਨੂੰ ਕਿਸੇ ਨੇ ਕੀ ਚਿੰਬੜਨਾ ਵਿਚਾਰੇ। ਇਹ ਵੀ ਤਗੜੇ ਨੂੰ ਹੀ ਚਿੰਬੜਦੇ, ਮਾੜੇ ਨੂੰ ਕਿਸੇ ਨੇ ਕੀ ਚਿੰਬੜਦਾ। ਵੈਸੇ ਕਿਸੇ ਨੂੰ ਕਹੋ ਵੀ ਕੱਪੜੇ ਦੇ ਦੇ ਕਿਸੇ ਨੂੰ, ਕੋਈ ਗੁੱਸਾ ਨਾ ਕਰੇ, ਉਹ ਅਲਮਾਰੀਆਂ ਭਰ ਭਰ ਕੇ ਰੱਖੀਆਂ। ਜਿੰਨੇ ਕੱਪੜੇ ਘਰ ਦੇ ਵਿੱਚ ਰੱਖੇ ਉਹ ਪਾ ਲੈਂਦੇ ਤੁਸੀਂ ਇੱਕ ਦਿਨ ਚ? ਉਹਨੇ ਦੋ ਪਾਲੋਗੇ ਇੱਕ ਦਿਹਾੜੀ, ਦਸਾਂ ਦਿਨਾਂ ਚ ਕਿੰਨੇ ਪਾਲੋਗੇ? ਦਸ ਪਾਲੋਗੇ? ਫਿਰ ਵੀ ਤੁਸੀਂ ਦੇਖੋਗੇ ਜਿਹੜੀਆਂ ਤੁਹਾਡੀਆਂ ਅਲਮਾਰੀਆਂ, ਕਈ ਕੱਪੜੇ ਕਈ ਸਾਲਾਂ ਦੇ ਪਏ। ਪਰ ਜਿਹੜਾ ਮੇਰਾ ਲੋਭ ਆ ਨਾ, ਲੋਭ, ਉਹ ਕਹਿੰਦਾ ਨਹੀਂ ਕਿਤੇ ਕੰਮ ਆਉਣਗੇ, ਆਪਾਂ ਨਹੀਂ ਦੇਣੇ ਕਿਸੇ। ਤੇ ਜੇ ਉਹੋ ਹੀ ਧੋ ਕੇ ਬਣਾ ਕੇ ਕਿਸੇ ਗਰੀਬ ਨੂੰ ਦਿੱਤੇ ਜਾਣ ਤੇ ਆਪੇ ਹੋਰ ਨਵੇਂ ਆ ਜਾਣਗੇ, ਪੁਰਾਣਿਆਂ ਦੀ ਥਾਂ ਖਾਲੀ ਹੋਊ, ਨਵੇਂ ਆ ਜਾਣਗੇ। ਹਰ ਬੰਦਾ ਗੁਰੂ ਨਾਨਕ ਦੇਵ ਸਾਹਿਬ ਦਾ ਚਲਾਇਆ ਹੋਇਆ ਲੰਗਰ ਚਲਾ ਸਕਦਾ, ਲਾ ਸਕਦਾ। ਜ਼ਰੂਰੀ ਨਹੀਂ ਵੀ ਤੂੰ ਰੋਟੀ ਖਵਾਉਣੀ ਆ, ਤੇਰੇ ਤੋਂ ਕੱਪੜੇ ਪਏ ਤੇ ਉਹ ਦੇ ਦੇ ਕਿਸੇ। ਬੜੇ ਦੁਨੀਆਂ ਚ ਗਰੀਬ, ਦਵਾਈ ਦੇ ਦਿਓ ਕਿਸੇ, ਗਰੀਬ ਬੱਚੇ ਨੂੰ ਕਿਤਾਬਾਂ ਲੈ ਦਿਓ, ਕਿਸੇ ਨੂੰ ਸਾਈਕਲ ਲੈ ਦਿਓ, ਕਿਸੇ ਨੂੰ ਡਰੈਸ ਲੈ ਦਿਓ, ਕੁਝ ਨਾ ਕੁਝ ਕਰ ਸਕਦਾ ਜੇ ਕਰਨਾ ਚਾਹੇ ਤਾਂ। ਦੁਨੀਆਂ ਦੇ ਵਿੱਚ ਮਹਾਰਾਜ ਕਹਿੰਦੇ ਤੂੰ ਜਿੰਨਾ ਮੋਹ ਕਰਦਾ ਵਾ ਸਭ ਝੂਠਾ ਵਾ। ਸਤਿਗੁਰੂ ਜੀ ਦਾ ਬਚਨ ਆਉਂਦਾ ਨਾ, ਝੂਠੀ ਦੇਖੀ ਪ੍ਰੀਤ ਜਗਤ ਮਹਿ, ਝੂਠੀ ਦੇਖੀ ਪ੍ਰੀਤ। ਆਪਾਂ ਸਾਰੇ ਇੱਕ ਵਾਰੀ ਪੜ੍ਹ ਲਈਏ, ਨਾਲੇ ਧਿਆਨ ਜੁੜ ਜੂ ਸਾਰਿਆਂ ਦਾ, ਨਾਲੇ ਬਾਣੀ ਦੀ ਤੋਕ। ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ, ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ। ਗਰੀਬ ਨਵਾਜ ਕਹਿੰਦੇ ਨੇ, ਜੋ ਕਹਿੰਦੇ ਨੇ ਫਿਰ ਉਹ ਤਾਂ ਤਿੰਨ ਕਾਲ ਸੱਤ ਮੰਨਿਆ ਜਾਂਦਾ। ਆਮ ਬੰਦਾ ਕਵੇ ਹੋਰ ਗੱਲ ਹੁੰਦੀ, ਇਹ ਗਰੀਬ ਨਵਾਜ ਕਹਿੰਦੇ ਮਹਾਰਾਜ ਕਹਿ ਰਹੇ ਨੇ। ਆ ਸਤਿਗੁਰੂ ਤਾਂ ਰੋਜ਼ ਸਮਝਾਉਂਦੇ ਪਰ ਅਸਰ ਨਹੀਂ ਹੁੰਦਾ। ਜਨਨ ਪਿਤਾ ਲੋਕ ਸੁੱਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਦੁਨੀਆਂ ਵਿੱਚ ਕੋਈ ਕਿਸੇ ਦੀ ਧਿਰ ਨਹੀਂ ਆ, ਧਿਰ ਮੈਨੇ ਆਸਰਾ, ਕੋਈ ਕਿਸੇ ਦਾ ਆਸਰਾ ਨਹੀਂ ਹੈ। ਸਭ ਆ ਤੇਰਾ। ਹੁਣ ਤੁਸੀਂ ਦੇਖੋਗੇ ਵੀ ਸਭ ਤੋਂ ਨੇੜੇ ਦਾ ਰਿਸ਼ਤਾ ਜਿਹੜਾ ਹੁੰਦਾ ਹੈ ਉਹ ਘਰ ਵਾਲੀ ਤੇ ਘਰ ਵਾਲੇ ਦਾ ਨਾ। ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋ।
ਜਿਨ੍ਹਾਂ ਦਾ ਸੁਭਾਅ ਸੋਚਣਾ ਵਿਚਾਰਨਾ ਬਿਲਕੁਲ ਇੱਕ ਹੋਵੇ ਤੇ ਸਰੀਰ ਦੋ ਹੋਣ, ਉਹ ਪਤੀ ਤੇ ਪਤਨੀ ਗੁਰਬਾਣੀ ਮੰਨਦੀ। ਹੁਣ ਦੋਵੇਂ ਸਾਰੀ ਉਮਰ ਇਕੱਠੇ ਰਹੇ, ਬੱਚੇ ਠੀਕ ਆ ਬਹੁਤ ਨੇੜੇ ਆ, ਪਰ ਇਹਨਾਂ ਵੱਡੇ ਹੋ ਕੇ ਕੀ ਪਤਾ ਕਿੱਥੇ ਜਾਣਾ, ਜਹਾਂ ਦਾਣੇ ਤਹਾਂ ਖਾਣੇ, ਜਨਮ ਇੱਥੇ ਲਿਆ ਕੀ ਪਤਾ ਰਹਿਣਾ ਇਹਨਾਂ ਕਿੱਥੇ। ਇਹ ਤਾਂ ਇੱਕ ਝੂਠਾ ਮੋਹ ਹੀ ਆ ਨਾ ਵੀ ਮੇਰੇ ਕੋਲ ਰਹਿਣ, ਮੇਰੀਆਂ ਅੱਖਾਂ ਦੇ ਸਾਹਮਣੇ ਰਹਿਣ। ਇਹ ਤਾਂ ਜਿੱਥੇ ਕਿਸੇ ਦਾ ਖਾਣਾ ਦਾਣਾ ਲਿਖਿਆ ਉੱਥੇ ਨੇ ਜਾਣਾ ਹੀ। ਹੁਣ ਦੋਵਾਂ ਦੇ ਵਿੱਚ ਉਹ ਰੱਬ ਨਾ ਕਰੇ ਇੱਕ ਦੀ ਹੋ ਗਈ ਮੌਤ ਪਤੀ ਪਤਨੀ ਚ, ਮੰਨ ਲਓ ਪਤਨੀ ਦੀ ਮੌਤ ਹੋ ਜੇ, ਜਿਸ ਪਤੀ ਨਾਲ ਉਹ ਸਾਰੀ ਉਮਰ ਰਹੀ, ਜੇ ਕਿਤੇ ਰਾਤ ਨੂੰ ਉਹਨੂੰ ਸੁਪਨਾ ਆ ਜੇ ਨਾ ਉਹਦੀ ਘਰ ਵਾਲੀ ਦਾ ਜਿਹੜੀ ਮਰ ਗਈ ਹੈ, ਉਹ ਅਗਲੇ ਦਿਨ ਵਿਚਾਰਾ ਪੰਡਤਾਂ ਨੂੰ ਹੱਥ ਵਿਖਾਉਂਦਾ ਫਿਰਦਾ ਵੀ ਕੋਈ ਉਪਾਅ ਦੱਸੋ, ਕਹਿੰਦੇ ਮਰਿਆ ਬੰਦਾ ਸੁਪਨੇ ਚ ਮਿਲਿਆ ਚੰਗਾ ਨਹੀਂ ਹੁੰਦਾ। ਆ ਮੋਹ ਆ ਦੁਨੀਆਂ ਦਾ। ਉਹ ਗੁਰਦੁਆਰੇ ਜਾਂਦਾ ਕਹਿੰਦਾ ਕੋਈ ਪਾਠ ਦੱਸੋ ਵੀ ਮਰਿਆ ਬੰਦਾ ਜੇ ਕਹਿੰਦੇ ਸੁਪਨੇ ਚ ਮਿਲ ਜੇ ਤੇ ਸਮਝੋ ਉਹਦਾ ਕੀਰਤਨ ਸੋਲਾ ਵੀ ਪੜਿਆ ਜਾਣਾ ਬੜੀ ਛੇਤੀ। ਲੋਕਾਂ ਚ ਇੱਕ ਵਹਿਮ ਆ ਵੀ ਜੇ ਮਰਿਆ ਬੰਦਾ ਤੁਹਾਨੂੰ ਸੁਪਨੇ ਦੇਖਦਾ ਤੇ ਸਮਝ ਲਾ ਤੇਰੀ ਟਿਕਟ ਕੱਟੀ ਗਈ ਆ, ਤੂੰ ਤਿਆਰੀ ਕਰ ਪਿੱਛੇ ਜਾਣ। ਹੁਣ ਬੰਦਾ ਪੁੱਛੇ ਵੀ ਤੁਸੀਂ ਸਾਰੀ ਉਮਰ ਇਕੱਠੇ ਰਹੇ, ਪਹਿਲਾਂ ਤੇ ਇੱਕ ਦੂਜੇ ਨੂੰ ਵੇਖਣ ਤੋਂ ਬਿਨਾਂ ਤੁਹਾਡਾ ਟਾਈਮ ਨਹੀਂ ਸੀ ਲੰਘਦਾ, ਅੱਜ ਉਹਦੀ ਮੌਤ ਹੋ ਗਈ, ਦੋਵਾਂ ਚੋਂ ਕਿਸੇ ਦੀ ਹੋ ਗਈ, ਅੱਜ ਜੇ ਦੇਖਦਾ ਤੇ ਉਹ ਵੀ ਮਾੜਾ। ਮਹਾਰਾਜ ਕਹਿੰਦੇ ਭੁਲੇਖੇ ਚ ਨਾ ਰਹੀ, ਸੰਸਾਰ ਦੀ ਪ੍ਰੀਤੀ ਝੂਠੀ ਹੈ। ਜਿਸ ਕਮਰੇ ਦੇ ਵਿੱਚ ਉਹਦੀ ਮੌਤ ਹੋਵੇ, ਉਹੋ ਹੀ ਸਰੀਰ ਸੀ ਨਾ ਜਿਹੜਾ ਪਹਿਲਾਂ ਗੱਲਾਂ ਬਾਤਾਂ ਕਰਦਾ ਸੀ ਸਭ ਕੁਝ, ਉਸ ਕਮਰੇ ਚ ਉਹ ਕੱਲਾ ਬੰਦਾ ਨਹੀਂ ਸੌਂ ਸਕਦਾ, ਉਹ ਕੱਲੀ ਔਰਤ ਨਹੀਂ ਸੌਂ ਸਕਦੀ ਉਸ ਲਾਸ਼ ਦੇ ਨਾਲ। ਇਹਨਾਂ ਬੰਦੇ ਦੇ ਅੰਦਰ ਡਰ ਪੈਦਾ ਹੋ ਜਾਂਦਾ ਹੈ। ਤਾਂ ਗਰੀਬਨ ਆਵਾਜ਼ ਕਹਿੰਦੇ ਕਿਹੜੇ ਭੁਲੇਖੇ ਤੁਰਿਆ ਫਿਰਦਾ, ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ, ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ। ਤਾਂ ਐਸਾ ਸਵਾਲ, ਹੁਣ ਉਸ ਬੰਦੇ ਦੀ ਮੌਤ ਹੋ ਗਈ, ਉਹਦੇ ਕੱਪੜੇ ਨਹੀਂ ਪਾਉਣੇ ਇਹਨਾਂ ਨੇ, ਉਹ ਵੰਡਣਗੇ ਵਾਰ ਗਰੀਬਾਂ ਨੂੰ, ਉਹਦੇ ਕੱਪੜੇ ਨਹੀਂ ਇਹ ਵਰਤਣਗੇ ਕਦੀ ਵੀ, ਉਹ ਗਰੀਬ ਨੂੰ ਦੇ ਦੇਣਗੇ, ਕੰਮ ਕਰਨ ਵਾਲੀ ਨੂੰ ਦੇ ਦੇਣਗੇ, ਹੋਰ ਕਿਸੇ ਨੂੰ ਦੇ ਦੇਣਗੇ। ਪਰ ਦੂਸਰੇ ਬੰਨੇ ਇੱਕ ਸੰਤ ਦੀ ਮੌਤ ਹੋਈ, ਗੁਰਸਿੱਖ ਦੀ ਮੌਤ ਹੋਈ, ਮਹਾਤਮਾ ਦੀ ਮੌਤ ਹੋਈ, ਦੂਸਰੇ ਬੰਨੇ ਸੰਤ ਦੀ ਮੌਤ ਹੋਈ, ਆਮ ਦੁਨਿਆਵੀ ਬੰਦੇ ਦੀ ਮੌਤ ਹੋਈ, ਤੇ ਕੱਪੜੇ ਕੋਈ ਲੈ ਕੇ ਰਾਜੀ ਨਹੀਂ। ਤੇ ਜੇ ਕਿਸੇ ਸੰਤ ਦੀ ਮੌਤ ਹੋਈ, ਉਹ ਜਪਦਾ ਰਿਹਾ ਸਾਰੀ ਉਮਰ ਨਾਮ, ਉਹ ਕਰਦਾ ਰਿਹਾ ਸਾਰੀ ਉਮਰ ਸਿਮਰਨ,
ਤੇ ਸੰਗਤਾਂ ਨੇ ਆਖਿਆ ਜੀ ਸਾਨੂੰ ਕੋਈ ਚੋਲਾ ਦੇ ਦਿਓ ਨਿਸ਼ਾਨੀ। ਇਹ ਝੂਠ ਹੈ ਕਿ ਸੱਚ? ਸੰਤ ਤੇ ਚਲੋ ਸੰਤ ਨੇ, ਜਿਹੜੇ ਰੱਬ ਨੇ ਦਸਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਦਾ ਕਲੀਆਂ ਵਾਲਾ ਚੋਲਾ ਅੱਜ ਸੰਗਤਾਂ ਸਿਰ ਝੁਕਾਉਂਦੀਆਂ ਜਾ ਰਹੀਆਂ। ਉਹ ਕਈ ਸੱਜਣ ਕਹਿ ਦਿੰਦੇ ਨਾ ਵੀ ਮਹਾਰਾਜ ਦੇ ਜੋੜਿਆਂ ਨੂੰ ਕਿਉਂ ਮੱਥਾ ਟੇਕਦੇ ਆ ਤਾਂ ਟੇਕਦੇ, ਮਹਾਰਾਜ ਦੇ ਚੋਲਿਆਂ ਨੂੰ ਕਿਉਂ ਮੱਥਾ ਟੇਕਦੇ ਤਾਂ ਟੇਕਦੇ, ਕਿਉਂ? ਬਾਣੀ ਕਹਿੰਦੀ ਆ ਦੇਹੀ ਕਿਸ ਕੀ ਵਾਪੁਰੀ ਪਵਿੱਤਰ ਹੋਏਗੋ ਗ੍ਰਾਮ। ਜਿਸ ਪਿੰਡ ਵਿੱਚ ਜਿਸ ਜਗ੍ਹਾ ਤੇ ਕੋਈ ਮਹਾਤਮਾ ਰਿਹਾ ਵਾ, ਤੂੰ ਸਰੀਰ ਦੀ ਗੱਲ ਕਰਦਾ, ਮੈਂ ਸਾਰੇ ਪਿੰਡ ਨੂੰ ਮੱਥਾ ਟੇਕਦਾ, ਕਿਉਂ? ਉਹਦੇ ਨਾਮ ਦੀ ਕਮਾਈ ਉੱਥੇ ਹੈ, ਉਹਦੇ ਨਾਮ ਦੀ ਬਰਕਤ ਉੱਥੇ। ਤਾਂ ਜਿਸ ਸਰੀਰ ਨੇ ਨਾਮ ਜਪਿਆ ਉਹਦੇ ਕੱਪੜੇ ਵੀ ਪਵਿੱਤਰ, ਉਹਦੀ ਰਹਿਸ਼ ਵੀ ਪਵਿੱਤਰ। ਤਾਂ ਸੰਗਤ ਦੇ ਵਿੱਚ ਏਡੀ ਵੱਡੀ ਬਰਕਤ ਹੈ ਮਹਾਤਮਾ ਦੀ ਸੰਗਤ। ਇੱਕ ਬੜੇ ਵੱਡੇ ਵਿਦਵਾਨ ਹੋਏ ਨੇ ਸੀ ਲੈਨੀਅਨ, ਉਹਨਾਂ ਪੁਸਤਕ ਲਿਖੀ ਦ ਫਿਜ਼ਿਕਸ ਆਫ ਦ ਐਲੀਮੈਂਟਸ ਆਫ ਮੈਟਾਫਿਜ਼ਿਕਸ। ਉਹ ਲਿਖਦੇ ਜਿਹੜਾ ਕੋਰਾ ਗਿਆਨ ਆ ਨਾ, ਕੋਰਾ ਰੁੱਖਾ ਸੁੱਖਾ ਗਿਆਨ, ਗਿਆਨ ਦੇ ਵਿੱਚ ਕਰਤਾ ਤੇ ਕਾਰਨ ਇਹ ਵੱਖਰੇ ਹੁੰਦੇ, ਮੈਨੇ ਰੱਬ ਤੇ ਬੰਦਾ ਵੱਖਰੇ ਹੁੰਦੇ, ਪਰ ਅਨੁਭਵ ਦੇ ਵਿੱਚ ਬ੍ਰਹਮ ਗਿਆਨ ਦੇ ਵਿੱਚ ਕਰਤਾ ਤੇ ਕਾਰਨ ਸੰਸਾਰ ਮਨੁੱਖ ਰੱਬ ਸਭ ਰੱਬ ਦਾ ਰੂਪ ਹੁੰਦੇ। ਉਹ ਲਿਖਦੇ ਬੜਾ ਸੋਹਣਾ, ਕਹਿੰਦੇ ਨੌਲੇਜ ਵਿੱਚ ਤੇ ਅਨੁਭਵ ਚ, ਅਨੁਭਵ ਮੈਨੇ ਫੀਲਿੰਗ, ਇੱਕ ਤਾਂ ਪ੍ਰੈਕਟੀਕਲ ਹੁੰਦਾ ਨਾ, ਇੱਕ ਫੀਲਿੰਗ ਹੋਣੀ ਉਸ ਚੀਜ਼ ਦੀ, ਇਹਦੇ ਵਿੱਚ ਇੰਨਾ ਫਰਕ ਆ ਜਿੰਨਾ ਜ਼ਮੀਨ ਦੇ ਵਿੱਚ ਤੇ ਅਸਮਾਨ ਚ ਫੋਕੀਆਂ ਗੱਲਾਂ ਚ ਤੇ ਰੱਬ ਨੂੰ ਪਹੁੰਚੇ ਹੋਏ ਰੱਬ ਦੇ ਪਿਆਰੇ ਦੇ ਗਿਆਨ ਚ ਇੰਨਾ ਫਰਕ ਆ ਜਿੰਨਾ ਜ਼ਮੀਨ ਤੇ ਅਸਮਾਨ ਵਿੱਚ। ਹੁਣ ਜਿਹੜਾ ਮਹਾਤਮਾ ਵਾ ਉਹਨੇ ਬੋਲਣਾ ਵਾ ਦਿਲ ਤੋਂ, ਆਮ ਬੋਲਣ ਵਾਲੇ ਨੇ ਬੋਲਣਾ ਵਾ ਦਿਮਾਗ ਤੋਂ, ਮੈਂ ਆਹ ਸੁਣਾਵਾਂ, ਮੈਂ ਆਹ ਸੁਣਾਵਾਂ, ਚਤਰਾਈ। ਜਿਹੜਾ ਦਿਲ ਤੋਂ ਬੋਲੂ ਉਹਦਾ ਦਿਲ ਤੇ ਅਸਰ ਹੋਊਗਾ, ਜਿਹੜਾ ਦਿਮਾਗ ਤੋਂ ਬੋਲੂ ਉਹ ਦਿਮਾਗ ਤੇ ਅਸਰ ਹੋਊਗਾ। ਵੀ ਬੜੀਆਂ ਦਲੀਲਾਂ ਦਿੰਦਾ, ਬੜੀਆਂ ਐਗਜ਼ੈਂਪਲਾਂ ਦਿੰਦਾ ਇੱਧਰ ਉੱਧਰ ਦੀਆਂ, ਵਾਹ ਕਮਾਲ ਆ, ਪਰ ਉਹਦਾ ਥੱਲੇ ਕੋਈ ਅਸਰ ਨਹੀਂ। ਆਮ ਬੰਦੇ ਵਿੱਚ ਤੇ ਗੁਰਸਿੱਖ ਦੇ ਵਿੱਚ ਕੀ ਫਰਕ ਆ? ਗੁਰਸਿੱਖ ਨੇ ਰੱਬ ਨੂੰ ਵੇਖ ਲਿਆ। ਬਾਣੀ ਕਹਿੰਦੀ ਨਾਨਕ ਕਾ ਪਾਤਸ਼ਾਹ ਦਿਸੇ ਜਾਹਰਾ। ਆਮ ਬੰਦੇ ਨੇ, ਬੋਲਣ ਵਾਲੇ ਨੇ ਵੇਖਿਆ ਨਹੀਂ, ਇਸ ਕਰਕੇ ਉਹਨੂੰ ਦਲੀਲਾਂ ਦੇਣੀਆਂ ਪੈਂਦੀਆਂ ਨੇ। ਜਿਹਨੇ ਵੇਖਿਆ ਵਾ ਉਹ ਪਰਵਾਹ ਨਹੀਂ ਕਰਦਾ, ਬੇਪਰਵਾਹ ਸਦਾ ਰੰਗ ਹਰ ਕੇ ਉਹ ਸਿੱਧਾ ਹੀ ਬੋਲਦਾ। ਉਹਦੇ ਸਿੱਧੇ ਬੋਲਣ ਦੇ ਵਿੱਚ ਹੀ ਬੜਾ ਵੱਡਾ ਅਸਰ ਹੁੰਦਾ ਹੈ। ਕਰਦੇ ਦੋਵੇਂ ਸੇਵਾ ਵਾ, ਆਮ ਬੋਲਣ ਵਾਲਾ ਵੀ ਸੇਵਾ ਕਰਦਾ ਵਾ,
ਸੋ ਭਾਈ ਸੋ ਮੇਰਾ ਵੀਰ, ਉਹਦਾ ਵੀ ਸਤਿਕਾਰ ਆ, ਉਹ ਕੋਈ ਮਾੜਾ ਨਹੀਂ ਆ। ਰੱਬ ਦੀ ਗੱਲ ਕਰਦਾ ਨਹੀਂ ਵੇਖਿਆ ਨਾ ਸੀ, ਪਰ ਜਦੋਂ ਕੋਈ ਸੰਤ ਬੋਲਦਾ ਵਾ, ਮਹਾਤਮਾ ਬੋਲੇ, ਡਾਕਟਰ ਭਾਈ ਵੀਰ ਸਿੰਘ ਵਰਗਾ ਬੋਲੇ, ਕੋਈ ਨਾਮ ਅਭਿਆਸੀ ਬੋਲੇ, ਤਾਂ ਫਿਰ ਮਹਾਰਾਜ ਕਹਿੰਦੇ ਆਮ ਬੰਦਾ ਬੋਲੇ ਤੇ ਕਹਿੰਦੇ ਕਥਨਾ, ਮੈਨੇ ਕਥਨ ਕਰਦਾ। ਸੰਤ ਬੋਲੇ ਤੇ ਫਿਰ ਪਤਾ ਕੀ ਕਹਿੰਦੇ, ਬਾਣੀ ਉਚਰੈ ਸਾਧ ਜਨ ਅਮਿਓ ਚੱਲੇ ਚਰਨੇ ਜੀ। ਉਹਦਾ ਬੋਲਣਾ ਨਹੀਂ ਆ, ਉਹ ਕਹਿੰਦੇ ਉਹਦੇ ਅੰਮ੍ਰਿਤ ਵਰਦਾ, ਅੰਮ੍ਰਿਤ ਦਾ ਵੀ ਮੀਂਹ ਪੈਂਦਾ। ਇੰਨਾ ਫਰਕ ਹੈ ਜਿਹਨੇ ਦੇਖ ਲਿਆ, ਜਿਹਨੇ ਨਹੀਂ ਦੇਖਿਆ। ਹੁਣ ਤੁਸੀਂ ਸੰਤ ਦੀ ਅਵਸਥਾ ਸੁਣੀ ਹੋਊਗੀ, ਗੁਰਬਾਣੀ ਵਿੱਚ ਵੀ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੇ। ਗੁਰਸਿੱਖ ਮਹਾਤਮਾ ਉਹ ਬੋਲੂਗਾ ਜੋ ਉਹਨੇ ਦੇਖਿਆ ਵਾ। ਤੇ ਮੇਰੇ ਵਰਗਿਆਂ ਦਾ ਹਾਲ ਪਤਾ ਕੀ, ਮਹਾਤਮਾ ਬੁੱਧ ਦੇ ਜੀਵਨ ਵਿੱਚ ਇੱਕ ਤੁਸੀਂ ਸਾਖੀ ਸੁਣੀ ਹੋਣੀ, ਬੜੀ ਪ੍ਰਸਿੱਧ ਵਿਦਵਾਨ ਸੁਣਾਉਂਦੇ ਆ, ਜਿਨ੍ਹਾਂ ਦੇਖਿਆ ਨੀ ਉਹਨਾਂ ਦਾ ਹਾਲ ਕੀ ਕਹਿੰਦੇ। ਜਿਵੇਂ ਕਿਸੇ ਬਾਦਸ਼ਾਹ ਨੇ ਹਾਥੀ ਖੜਾ ਕਰਤਾ ਸੀ ਹਨੇਰੇ, ਤੇ ਕਿਸੇ ਨੇ ਪੁੱਛਿਆ ਜੀ ਰੱਬ ਹੈ, ਉਹ ਕਹਿੰਦੇ ਵੀ ਦੂਜੇ ਵਿਦਵਾਨ ਕੀ ਕਹਿੰਦੇ ਆ। ਉਹਨਾਂ ਫਿਰ ਹਾਥੀ ਖੜਾ ਕਰਤਾ, ਅੰਨੇ ਬੰਦੇ ਲਿਆਂਦੇ ਚਾਰ, ਚਾਰ ਅੰਨੇ ਬੰਦਿਆਂ ਚੋਂ ਇੱਕ ਬੰਦੇ ਦਾ ਹੱਥ ਲਵਾਇਆ, ਉਹ ਕਿਤੇ ਲੱਗ ਗਿਆ ਹੋਊਗਾ ਢਿੱਡ ਨੂੰ, ਤੇ ਉਹਨੂੰ ਪੁੱਛਿਆ ਕੀ ਆ, ਕਹਿੰਦਾ ਕੰਧ ਆ। ਗੱਲ ਕਿੱਥੋਂ ਕਿੱਥੇ ਚਲੇ ਗਈ, ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੇ ਛੁਪਾ। ਗੱਲ ਕਿੱਥੋਂ ਕਿੱਥੇ ਚਲੇ ਗਈ, ਜਲ ਕੀ ਮਾਸ਼ਰੀ ਚਰੇ ਖਜੂਰ, ਮੱਛੀਆਂ ਦੇ ਪਾਣੀ ਚ ਹੁੰਦੀਆਂ ਸੀ ਇਹ, ਖਜੂਰਾਂ ਨਾਲ ਚੜੀਆਂ ਫਿਰਦੀਆਂ ਲੱਗੀਆਂ ਫਿਰਦੀਆਂ, ਕਿੱਥੋਂ ਕਿੱਥੇ ਚਲੇ ਗਏ। ਰੱਬ ਕੀ ਸੀ, ਵੇਚਣ ਵਾਲਿਆਂ ਤੇ ਪੈਸੇ ਕਮਾਉਣ ਵਾਲਿਆਂ ਕੀ ਬਣਾਤਾ ਫੜ ਕੇ ਰੱਬ। ਨਿਰਗੁਣ ਸਰੂਪ ਬ੍ਰਹਮ ਨੂੰ, ਪਰਮਾਤਮਾ ਨੂੰ, ਕਿੱਥੋਂ ਬੈਕੁੰਠ ਵਿੱਚੋਂ, ਸੱਚਖੰਡ ਵਿੱਚੋਂ ਸਰਗੁਣ ਨੂੰ ਕੱਢ ਕੇ ਕਿੱਥੇ ਕੁੱਤਿਆਂ ਸੱਪਾਂ ਬਿੱਲਿਆਂ ਵਿੱਚ ਰਲਾਤਾ ਜਾ। ਇੱਕ ਤੇ ਹੁੰਦੀ ਨਾ ਬ੍ਰਹਮ ਦ੍ਰਿਸ਼ਟੀ ਵੀ ਹਰ ਜਗ੍ਹਾ ਬ੍ਰਹਮ ਉਹ ਵੱਖਰੀ, ਇੱਕ ਰੱਬ ਨੂੰ ਛੱਡ ਕੇ ਸੱਪਾਂ ਦੀ ਪੂਜਾ, ਮੜੀਆਂ ਦੀ ਪੂਜਾ, ਕਿੱਥੇ ਲੈ ਗਏ ਰੱਬ, ਕੀ ਸੀ ਤੇ ਕਿੱਥੇ ਲੈ ਗਏ। ਇੱਕ ਤਾਂ ਉਹ ਵੀ ਅਵਸਥਾ ਹੁੰਦੀ ਵੀ ਜਦੋਂ ਦੇਖਦਾ ਹੀ ਉਹ ਆ, ਉਹ ਵੱਖਰੀ ਅਵਸਥਾ, ਤੇ ਇੱਕ ਉਹ ਅਵਸਥਾ ਜਿਹਨਾਂ ਨੂੰ ਦਿਖਿਆ ਦੁਖਿਆ ਹੈ ਨੀ ਤੇ ਹੁਣ ਉਹ ਸੱਪਾਂ ਦੀ ਪੂਜਾ ਕਰਦੇ ਆ। ਤਾਂ ਮਹਾਰਾਜ ਜੀ ਦੂਸਰੇ ਦਾ ਹੱਥ ਲੱਗਾ ਤੇ ਉਹ ਕਹਿਣ ਲੱਗੇ ਜੀ ਕਿਤੇ ਕੰਨ ਨੂੰ ਲੱਗ ਗਿਆ ਹੋਊਗਾ, ਕਹਿੰਦੇ ਛੱਜ ਆ, ਛੱਜ ਵਰਗੇ ਕੰਨ ਆ ਉਹਦੇ। ਤੀਸਰੇ ਦਾ ਉਹਨਾਂ ਪੂਛ ਨੂੰ ਹੱਥ ਲਵਾਇਆ, ਕਹਿੰਦਾ ਰੱਸੀ ਆ। ਏਦਾਂ ਬੜਾ ਸੋਹਣਾ ਦ੍ਰਿਸ਼ਟਾਂਤ। ਚੌਥੇ ਦਾ ਲੱਤਾਂ ਨੂੰ ਹੱਥ ਲਵਾਇਆ, ਕਹਿੰਦਾ ਇਹਦਾ ਪਿੱਲਰ ਆ, ਥੰਮ ਆ। ਪਰ ਜਦੋਂ ਰੋਸ਼ਨੀ ਲਿਆਂਦੀ ਗਈ, ਉਹ ਕੁਝ ਦਾ ਕੁਝ ਹੀ ਨਿਕਲਿਆ। ਸੱਚ ਬੜਾ ਦੂਰ ਹੈ, ਇੰਨਾ ਫਰਕ ਹੈ ਜਿਹਨੇ ਰੱਬ ਵੇਖਿਆ ਤੇ ਜਿਹਨੇ ਰੱਬ ਨਹੀਂ ਵੇਖਿਆ। ਇਸ ਕਰਕੇ ਭਗਤਾਂ ਨੇ ਕਹਿ ਦਿੱਤਾ, ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੇ ਛਪਾਇਓ।
ਤਾਂ ਮਹਾਰਾਜ ਜੀ ਫਿਰ ਬਾਣੀ ਦੇ ਵਿੱਚ ਲਿਖਦੇ ਕਹਿੰਦੇ ਗੁਰਸਿੱਖ ਦੀ ਸੰਗਤ ਉੱਤਮ ਸੰਗਤ, ਮਹਾਤਮਾ ਦੀ ਸੰਗਤ ਬੜੀ ਉੱਤਮ ਹੈ। ਹੁਣ ਤੁਸੀਂ ਦੇਖੋਗੇ ਫਰਕ ਕਿੱਦਾਂ, ਤੁਸੀਂ ਪੁੱਛੋ ਵੀ ਫਰਕ ਕਿੱਦਾਂ। ਜੇ ਕੋਈ ਮੈਨੂੰ ਕਵੇ ਵੀ ਐਸ ਪੰਕਤੀ ਦਾ ਅਰਥ ਕਰ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਇਹਦਾ ਅਰਥ ਤੇ ਸਾਰੇ ਹੀ ਕਰ ਲੈਣਗੇ ਨਾ। ਮਹਾਂਪੁਰਖ ਬੈਠੇ ਨੇ, ਗੁਣੀ ਗਿਆਨੀ ਤੁਸੀਂ ਬੈਠੇ ਹੋ ਸਾਰੇ, ਇਹਦਾ ਅਰਥ ਕੀ ਆ ਵੀ ਤਲੀ ਤੇ ਸਿਰ ਰੱਖ ਤਾਂ ਮਹਾਰਾਜ ਦੀ ਗਲੀ ਚ, ਠੀਕ ਆ ਜੀ, ਅਖਰੀ ਅਰਥ ਤੇ ਇਹੀ ਆ। ਤੇ ਜੇ ਤੁਸੀਂ ਕਹੋ ਵੀ ਹੁਣ ਤੂੰ ਸਿਰ ਵੱਢ ਕੇ ਤਲੀ ਤੇ ਰੱਖ ਕੇ ਵਿਖਾ, ਫਿਰ ਤਾਂ ਸਟੇਜ ਛੱਡ ਕੇ ਭੱਜਣਾ ਪਊਗਾ। ਇੰਨਾ ਫਰਕ ਆ ਮਹਾਤਮਾ ਦਾ ਤੇ ਆਮ ਬੋਲਣ ਵਾਲੇ ਦਾ। ਇੱਕ ਕਰ ਸਕਦਾ ਵਾ, ਇੱਕ ਕਰ ਨਹੀਂ ਸਕਦਾ। ਸੱਚਖੰਡ ਵਾਸੀ ਮਹਾਂਪੁਰਸ਼ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਪੜ੍ਹਦੇ ਹੁੰਦੇ ਸੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਉਹ ਬੜੀ ਹੂਕ ਨਾਲ, ਬੜੇ ਦਿਲ ਨਾਲ ਉਹ ਪੜ੍ਹਦੇ ਸੀ। ਜਿੱਦਣ ਉਹਨਾਂ ਤੇ ਇਹ ਵਾਰੀ ਆਈ ਜੋ ਰੋਜ਼ ਪੜ੍ਹਦੇ ਸੀ, ਉਦਣ ਫਿਰ ਇਹਨਾਂ ਨੇ ਇਸ ਗੱਲ ਉੱਤੇ ਪਹਿਰਾ ਵੀ ਦਿੱਤਾ। ਤਾਂ ਕੋਈ ਬੰਦਾ ਹੈ ਡਗਮਗ ਛਾੜ ਰੇ ਮਨ ਬੋਰਾ, ਅਬ ਤੋ ਜਰੇ ਮਰੇ ਸਿੱਧ ਪਾਈ ਹੈ, ਲੀਨੋ ਹੱਥ ਸਦੌਰਾ, ਅਰਥ ਤੇ ਸਾਰੇ ਕਰਨਗੇ ਪਰ ਸਿਰ ਦੇਣ ਦੀ ਵਾਰੀ ਜਦੋਂ ਆਊਗੀ, ਮੇਰੇ ਖਿਆਲ ਨਾਲ ਕੋਈ ਵਿਰਲਾ ਹੀ ਟਿਕੇਗਾ ਉਸ ਗੱਲ ਉੱਤੇ। ਇਸ ਕਰਕੇ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਇੱਕ ਕਵਿਤਾ ਲਿਖੀ, ਫਿਰ ਜਿਉਂ ਜਿਉਂ ਉਮਰ ਵਧੇਰੀ ਹੋਵੇ ਨਿਸ਼ਚਾ ਹੁੰਦਾ ਜਾਵੇ, ਪੋਥੇ ਪੜਿਆਂ ਇਲਮ ਨਾ ਲੱਭੇ, ਕੱਲੀਆਂ ਕਿਤਾਬਾਂ ਕੱਲੀਆਂ ਪੁਸਤਕਾਂ ਪੜਿਆਂ ਇਲਮ ਨਹੀਂ ਕਿਸੇ ਨੂੰ ਲੱਭਾ। ਫਿਰ ਪਤਾ ਕੀ ਲਿਖਦੇ, ਕਹਿੰਦੇ ਵੱਡ ਨਰ ਨਾਰਾਂ ਦੀ ਸੰਗਤ, ਜੇ ਚੰਗੀਆਂ ਸੰਗਤਾਂ ਮਿਲਣ, ਉਹ ਭਾਵੇਂ ਇਸਤਰੀ ਹੋਵੇ ਭਾਵੇਂ ਪੁਰਸ਼ ਹੋਵੇ, ਨਾਮ ਜਪਣ ਵਾਲਾ ਕਿਸੇ ਦੀ ਵੱਡ ਨਰ ਨਾਰਾਂ ਦੀ ਸੰਗਤ, ਇਲਮ ਖਜ਼ਾਨੇ ਲੱਭੇ। ਇਲਮ ਦਾ ਖਜ਼ਾਨਾ ਫਿਰ ਲੱਭਦਾ ਹੈ। ਉਹ ਤਾਂ ਬੜਾ ਕਮਾਲ ਦਾ ਲਿਖਦੇ, ਕਹਿੰਦੇ ਮਦਰਸਿਆਂ ਨੂੰ, ਕਾਲਜਾਂ ਨੂੰ, ਸਕੂਲਾਂ ਨੂੰ ਕਹੋ ਪੋਥੀਆਂ ਵਾਚਣ ਦੀ ਜਗ੍ਹਾ ਸਾਨੂੰ ਬੰਦੇ ਵਾਚਣੇ ਸਿਖਾਉਣ। ਬੜੀ ਗਹਿਰੀ ਗਹਿਰੀ ਲਾਈਨ ਉਹਨਾਂ ਬੋਲੀ, ਸਾਡੇ ਮਦਰਸੇ ਕਾਲਜਾਂ ਨੂੰ ਮੈਂ ਚਾਹਾਂ ਢੰਗ ਬਣ ਆਵੇ, ਪੁਸਤਕ ਦੀ ਥਾਂ ਬੰਦੇ ਵਾਚਣ, ਪੁਸਤਕ ਦੀ ਥਾਂ ਬੰਦੇ ਵਾਚਣ ਤਾਂ ਵਿਗੜੀ ਵੀ ਬਣ ਜਾਵੇ। ਜੇ ਕੱਲਾ ਪੁਸਤਕਾਂ ਹੀ ਗਿਆਨ ਕਰਾਉਂਦੀਆਂ ਹੁੰਦੀਆਂ ਤੇ ਫਿਰ ਸੰਗਤ ਦੀ ਮਹਾਨਤਾ ਕੀ ਹੁੰਦੀ, ਸੰਗਤ ਵਿੱਚ ਫਿਰ ਕੀ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਵੇ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਹੀ ਫਲ।
ਇਹ ਸੰਗਤ ਦੀ ਮਹਾਨਤਾ, ਇਹ ਸੰਗਤ ਦੇ ਵਿੱਚ ਬਰਕਤ ਹੈ। ਤੇ ਦੂਸਰੇ ਬੰਨੇ ਆਖਿਆ ਵੀ ਸੱਜਣਾ ਭੁੱਲ ਕੇ ਵੀ ਮਾੜੀ ਸੰਗਤ ਨਾ ਕਰੀ, ਨੀਤੀ ਦੇ ਗ੍ਰੰਥ ਦੇ ਵਿੱਚ ਇੱਕ ਕਵਿਤਾ ਲਿਖੀ, ਸਵਈਆ ਲਿਖਿਆ, ਸਿੰਘਨ ਮੇ ਸਿੰਘਨ ਕੇ ਬਨ ਮੇ ਬਸੀਏ ਧਸੀਏ, ਕਰ ਮੈਂ ਬਿਸ਼ੂਆ ਗਹਿ ਲੀਜੈ, ਸ਼ੇਰਾਂ ਦੇ ਜੰਗਲ ਵਿੱਚ ਰਹਿਣਾ ਪੈ ਜੇ, ਰਹਿ ਲਈ ਔਖਾ ਸੌਖਾ ਦਿਨ ਕੱਟ ਲਈ, ਮਾੜੀ ਨੌਬਤ ਆ ਜੇ ਵੀ ਹੱਥ ਚ ਬਿੱਛੂ ਫੜਨੇ ਪੈਣ ਉਹ ਵੀ ਫੜ ਲਈ, ਸਿੰਘਨ ਕੇ ਬਨ ਮੈਂ ਬਸੀਏ ਧਸੀਏ, ਕਰ ਮੈਂ ਬਿਛੂਆ ਗਹਿ ਲੀਜੇ, ਕਾਨ ਮੈਂ ਖਜੂਰ ਕਾਨ ਖਜੂਰ ਪ੍ਰਵੇਸ਼ ਕਰੇ ਜੇ, ਸਾਂਪ ਕੇ ਮੁਖ ਮੈਂ ਅੰਗੂਰੀ ਦੀਜੇ, ਕੰਨ ਚ ਕੰਨ ਖਜੂਰਾ ਧਸਦਾ ਧਸ ਲੈਣ ਦੇ, ਇਹੋ ਜਿਹੀ ਮਾੜੀ ਥਾਂ ਤੇ ਰਹਿਣਾ ਪਵੇ, ਸੱਪ ਦੇ ਮੂੰਹ ਦੇ ਵਿੱਚ ਹੱਥ ਪਾਉਣਾ ਪਵੇ, ਸੱਜਣਾ ਪਵਾ ਲਈ ਫਿਰ ਸੱਪ ਦੇ ਮੂੰਹ ਚ ਹੱਥ ਪਾਉਣਾ, ਪਾਲੀ ਫਿਰ ਪੈਂਦਾ ਤੇ ਪਾਲਾ। ਔਰ ਫਿਰ ਉਹ ਬੜੀ ਕਮਾਲ ਦੀ ਗੱਲ ਕਹਿੰਦੀ, ਉਹ ਕਵਿਤਾ ਕਹਿੰਦੀ ਹੈ, ਉਹ ਕਵਿਤ ਸਵਈਆ ਬੜੇ ਪ੍ਰੇਮ ਨਾਲ ਕਹਿੰਦਾ, ਆਗ ਮੈਂ ਜਰੀਏ ਗਿਰ ਤੇ ਗਿਰੀਏ, ਆਰੀ ਕੇ ਘਾਵ ਅਨੇਕ ਸਹੀਜੈ, ਤੈਨੂੰ ਜਿਉਂਦੇ ਨੂੰ ਅੱਗ ਚ ਸਾੜ ਦੇਣ, ਤੈਨੂੰ ਪਹਾੜ ਤੋਂ ਧੱਕਾ ਦੇ ਦੇਣ, ਤੈਨੂੰ ਆਰੀ ਨਾਲ ਚੀਰ ਦੇਣ, ਆਰੇ ਨਾਲ ਵੱਢ ਦੇਣ, ਏਤੇ ਤੋਂ ਕਸ਼ਟ ਅਨੰਤ ਸਹੋ, ਪਰ ਮੂਰਖ ਮੀਤ ਕੋ ਸੰਗ ਨਾ ਕੀਜੈ। ਇੰਨੇ ਦੁੱਖ ਸਹਾਰ ਲਈ ਜ਼ਿੰਦਗੀ ਵਿੱਚ, ਪਰ ਮਨਮੁਖ ਬੰਦੇ ਦੀ ਸੰਗਤ ਨਾ ਕਰੇ, ਮਨਮੁਖ ਬੰਦੇ ਦੀ ਸੰਗਤ ਵਿੱਚ ਨਾ ਬੈਠੀ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਬੜਾ ਸੋਹਣਾ ਸਵਾਲ ਕੀਤਾ 100 ਸਾਖੀ ਵਿੱਚ, ਕਿ ਗਰੀਬ ਨਵਾਜ, ਤੁਸੀਂ ਕਹਿੰਦੇ ਹੋ ਵੀ ਮਨਮੁਖ ਦੀ ਸੰਗਤ ਨਹੀਂ ਕਰਨੀ, ਜੇ ਇੱਕ ਬੰਨੇ ਪਾਗਲ ਹਾਥੀ ਤੁਰਿਆ ਆਉਂਦਾ ਹੋਵੇ, ਇੱਕ ਬੰਨੇ ਉੱਥੇ ਸ਼ਬਦ ਆਉਂਦਾ ਮਸੰਦ, ਜਾਂ ਮਨਮੁਖ ਤੁਰਿਆ ਆਉਂਦਾ ਹੋਵੇ, ਇਹ ਦੋਵਾਂ ਚੋਂ ਫਿਰ ਕਿਹਦੀ ਸੰਗਤ ਕਰੀਏ? ਇੱਕ ਬੰਨੇ ਪਾਗਲ ਹਾਥੀ ਮਾਰਨ ਨੂੰ ਤੁਰਿਆ ਆਉਂਦਾ, ਦੂਸਰੇ ਬੰਨੇ ਮਨਮੁਖ ਤੁਰਿਆ ਆਉਂਦਾ। ਤਾਂ ਗਰੀਬ ਨਵਾਜ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ, ਮੈਂ ਇਸ਼ਤਿਹਾਰ ਪੜ੍ਹਦਾ ਪਿਆ ਸੀ ਵੀ 25ਵਾਂ ਖਾਲਸੇ ਦਾ ਪ੍ਰਗਟ ਦਿਵਸ, ਉਹਨੂੰ ਸਮਰਪਿਤ ਸਮਾਗਮ ਚੱਲਦੇ ਪਏ ਦੇ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਯਾਦ ਨੇ ਜਿਹੜੀ ਉਸਤਤ ਵਿੱਚ ਲਿਖੇ ਨੇ, ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਮਹਾਰਾਜ ਕਹਿੰਦੇ ਪਾਗਲ ਹਾਥੀ ਵਾਲੇ ਪਾਸੇ ਤੁਰ ਜੀ ਸਿੱਖਾ, ਮਾੜੇ ਬੰਦੇ ਵਾਲੇ ਪਾਸੇ ਨਾ ਜਾਈ। ਤਾਂ ਕਹਿੰਦਾ ਮਹਾਰਾਜ ਮਾਰ ਦੇਗਾ, ਜ਼ਿੰਦਗੀ ਖਤਮ ਹੋ ਜੂਗੀ, ਮਰਨਾ ਪੈ ਜੂਗਾ ਮੈਨੂੰ। ਮਹਾਰਾਜ ਕਹਿੰਦੇ ਪਾਗਲ ਹਾਥੀ ਦੀ ਸੰਗਤ ਕੀਤਿਆਂ ਇੱਕ ਜਨਮ ਮਰੇਗਾ, ਸਿਰਫ ਇੱਕ ਜਨਮ।
ਮਸੰਦ ਦੀ ਜਾਂ ਮਨਮੁਖ ਦੀ ਸੰਗਤ ਕਰਿਆ ਕੀ ਪਤਾ ਕਿੰਨੇ ਜਨਮ ਤੈਨੂੰ ਮਰਨਾ ਪਵੇ, ਕੀ ਪਤਾ ਤੈਨੂੰ 84 ਦਾ ਕਿੱਡਾ ਵੱਡਾ ਗੇੜਾ ਕੱਢਣਾ ਪਵੇ। ਤੇ ਫਿਰ ਮਹਾਰਾਜ ਦੀ ਉਸਤਤ ਵਿੱਚ ਭਾਈ ਗੁਰਦਾਸ ਸਿੰਘ ਜੀ ਜਿਹੜੇ ਦੂਸਰੇ ਮੰਨੇ ਜਾਂਦੇ ਨੇ ਉਹਨਾਂ ਲਿਖ ਦਿੱਤਾ ਗੁਰਸੰਗਤ ਕਿੰਨੀ ਖਾਲਸਾ ਮਨਮੁਖੀ ਦੁਹੇਲਾ। ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਆਪਣੀ ਪਵਿੱਤਰ ਬਾਣੀ ਵਿੱਚ ਫਿਰ ਲਿਖਦੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ। ਅਖੀਰਲੀ ਬੇਨਤੀ ਕਰਕੇ ਸਮਾਪਤੀ ਕਰਾਂ। ਤੁਸੀਂ ਸ਼ਬਦ ਪੜ੍ਹਦੇ ਹੋਗੇ, ਸੁਣਦੇ ਹੋਗੇ ਸੰਤਾਂ ਮਹਾਂਪੁਰਖਾਂ ਤੋਂ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦੁਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ। ਅਗਲੀਆਂ ਪੰਕਤੀਆਂ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਆ ਹਜ਼ੂਮੇ ਬੇ ਕੇ ਬੰਦਗੀ ਵਾਸਤੇ, ਹਜ਼ੂਮ ਇਕੱਠ ਉਹੋ ਹੀ ਚੰਗਾ ਜਿਹੜਾ ਬੰਦਗੀ ਵਾਸਤੇ ਚੁਣੇ, ਇਕੱਠ ਉਹੋ ਹੀ ਚੰਗਾ ਵਾ ਜਿਹੜਾ ਹੱਕ ਤੇ ਖੜਾ ਹੋਵੇ, ਇਕੱਠ ਉਹੋ ਹੀ ਚੰਗਾ ਵਾ ਜਿੱਥੇ ਰੱਬ ਦਾ ਨਾਂ ਲਿਆ ਜਾਵੇ, ਇਕੱਠ ਉਸ ਵਿੱਚ ਜਾ ਕੇ ਬਈ ਜਿੱਥੇ ਤੈਨੂੰ ਨਵੀਂ ਜ਼ਿੰਦਗੀ ਮਿਲੇ। ਚਾਰ ਲਾਈਨਾਂ ਭਾਈ ਨੰਦ ਲਾਲ ਸਾਹਿਬ ਨੇ ਆਖੀਆਂ, ਇਕੱਠ ਉਹੀ ਚੰਗਾ ਜਿਹੜਾ ਬੰਦਗੀ ਲਈ ਜੁੜੇ, ਇਕੱਠ ਉਹੀ ਚੰਗਾ ਹੈ ਜਿਹੜਾ ਹੱਕ ਸੱਚ ਤੇ ਖੜਾ ਹੋਵੇ, ਜਿੱਥੇ ਸੱਚ ਦੀ ਖੁਦਾ ਦੀ ਰੱਬ ਦੀ ਗੱਲ ਹੋਵੇ, ਇਕੱਠ ਉਹੀ ਚੰਗਾ ਹੈ ਜਿੱਥੇ ਉਹਦਾ ਨਾਮ ਜਪਿਆ ਜਾਵੇ, ਤੇ ਉਸ ਇਕੱਠ ਵਿੱਚ ਜਾ ਕੇ ਬਈ ਜਿੱਥੇ ਤੈਨੂੰ ਨਵੀਂ ਜ਼ਿੰਦਗੀ ਮਿਲ ਜਾਵੇ। ਇਹ ਭਾਈ ਨੰਦ ਲਾਲ ਸਾਹਿਬ ਦੀਆਂ ਲਾਈਨਾਂ ਨੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਨਮਾਨਯੋਗ ਸ਼੍ਰੀਮਾਨ ਸੰਤ ਬਾਬਾ ਸਰੂਪ ਸਿੰਘ ਜੀ, ਜਿਨ੍ਹਾਂ ਦਾ ਇਹ ਬਹੁਤ ਵੱਡਾ ਉਪਰਾਲਾ ਸੰਗਤ ਨੂੰ ਗੁਰੂ ਸਾਹਿਬ ਦੇ ਨਾਲ ਗੁਰਮਤ ਦੇ ਨਾਲ ਜੋੜਨਾ, ਉਹਨਾਂ ਦੇ ਇਸ ਉਪਰਾਲੇ ਵਿੱਚ ਅੱਜ ਮੇਰੇ ਖਿਆਲ ਨਾਲ ਤੀਸਰੇ ਦਿਨ ਦਾ ਦੀਵਾਨ ਜਿਸ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਔਰ ਅਤਿ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਦਲੇਰ ਸਿੰਘ ਜੀ, ਉਹ ਵੀ ਸੰਗਤ ਵਿੱਚ ਪਹੁੰਚ ਚੁੱਕੇ ਨੇ, ਉਹਨਾਂ ਦਾ ਸਮਾਂ ਹੈ, ਉਹਨਾਂ ਨੇ ਹਾਜ਼ਰੀ ਭਰਨੀ ਹੈ, ਸੰਗਤ ਨੂੰ ਨਿਹਾਲ ਕਰਨਾ ਹੈ। ਆਓ ਹੁਣ ਉਹਨਾਂ ਪਾਸੋਂ ਗੁਰੂ ਜਸ ਸ਼੍ਰਵਣ ਕਰੀਏ। ਦਾਸ ਜਿੱਥੇ ਮਹਾਂਪੁਰਖਾਂ ਦਾ ਧੰਨਵਾਦ ਕਰੇ, ਉੱਥੇ ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪ੍ਰਧਾਨ ਸੰਤ ਸਮਾਜ, ਉਹਨਾਂ ਵੱਲੋਂ ਵੀ ਦਾਸ ਆਪ ਸੰਗਤ ਦੇ ਵਿੱਚ ਹਾਜ਼ਰੀ ਲਵਾਵੇ, ਔਰ ਨਾਲ ਨਾਲ ਮਹਾਂਪੁਰਖਾਂ ਦੇ
ਸਪੁੱਤਰ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਔਰ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਦਾਸ ਨੂੰ ਬੜਾ ਮਾਣ ਬਖਸ਼ਿਸ਼ ਕੀਤਾ ਹੈ, ਬੜਾ ਪ੍ਰੇਮ ਕਰਦੇ ਨੇ, ਔਰ ਭਾਈ ਗੁਰਕਿਰਪਾਲ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਬੋਲੇ ਸੋ ਨਿਹਾਲ ਇਹ ਸਾਨੂੰ।